ਕਨੈਕਟ نیوز ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਜਦੋਂ ਤੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਉਹਦੇ ਨਤੀਜੇ ਆ ਗਏ ਕਈ ਪਾਰਟੀਆਂ ਹਾਰ ਗਈਆਂ ਕਈ ਪਾਰਟੀਆਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਵਧੀਆ ਪਰਫਾਰਮ ਕਰਨਗੇ ਜਾਂ ਉਹਨਾਂ ਦੇ ਐਮਪੀ ਜਿੱਤ ਕੇ ਆਉਣਗੇ ਇਸ ਤਰ੍ਹਾਂ ਹੋਇਆ ਨਹੀਂ ਤੇ ਅੱਜਕੱਲ ਤਕਰੀਬਨ ਤਕਰੀਬਨ ਸਾਰੀਆਂ ਹੀ ਪਾਰਟੀਆਂ ਆਤਮ ਮੰਥਨ ਜਾਂ ਜਿਹਨੂੰ ਇੰਟਰਸਪੈਕਸ਼ਨ ਕਹੋ ਇਸ ਉੱਤੇ ਵਿਚਾਰ ਕਰ ਰਹੀਆਂ ਨੇ ਵਿਸ਼ਲੇਸ਼ਣ ਕਰ ਰਹੀਆਂ ਨੇ ਔਰ ਲੱਗਦਾ ਤਾਂ ਹੈ ਕਿ ਉਹ ਸincerely ਕਰ ਰਿਹਾ ਬੜੀ ਸੰਜੀਦਗੀ ਦੇ ਨਾਲ ਕਰ ਰਿਹਾ ਕਿ ਉਹਨਾਂ ਦੇ ਹਾਰ ਦੇ ਕਾਰਨ ਕੀ ਆ ਆਮ ਆਦਮੀ ਪਾਰਟੀ ਸਾਰਿਆਂ ਨੂੰ ਪਤਾ ਸਨ 2022 ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਫੀਨੋਮੈਨਾ ਇੱਥੇ ਉੱਭਰਿਆ ਇੱਕ ਬੜੀ ਵਿਲੱਖਣ ਗੱਲ ਹੋਈ ਕਿ 92 ਸੀਟਾਂ ਜਦੋਂ ਲੈ ਕੇ ਆਈ ਸੀ ਤਾਂ ਲੱਗਦਾ ਸੀ ਇਹ ਆ ਕੇ ਪੰਜਾਬ ਦੀ ਸਾਰੀ ਦਸ਼ਾ ਬਦਲ ਦੂਗੀ ਦਿਸ਼ਾ ਬਦਲ ਦੂਗੀ ਦਿਸ਼ਾ ਵੀ ਬਦਲ ਦੂਗੀ ਪੰਜਾਬ ਦੇ ਵਿੱਚ ਤਰੱਕੀ ਲੈ ਕੇ ਆਉਗੇ ਇੱਕ ਬਦਲਾਅ ਦਾ ਮਾਹੌਲ ਆਊਗਾ ਪਰ ਉਸ ਤਰ੍ਹਾਂ ਦਾ ਕੋਈ ਬਦਲਾਅ ਆਇਆ ਨਹੀਂ ਪਰ ਇਹਨਾਂ ਦੇ ਲੀਡਰ ਮੰਨਦੇ ਨਹੀਂ ਨਾ ਇਹਨਾਂ ਦੇ ਅਰਵਿੰਦ ਕੇਜਰੀਵਾਲ ਮੰਨਦੇ ਆ ਨਾ ਇਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਨਦੇ ਆ ਹੋਰ ਵੀ ਕੈਬਨਿਟ ਮੰਤਰੀਆਂ ਨੂੰ ਤੁਸੀਂ ਪੁੱਛ ਲਓ ਉਹ ਕਹਿੰਦੇ ਅਸੀਂ ਤਾਂ ਵਧੀਆ ਹੀ ਬਹੁਤ ਕਰ ਰਹੇ ਆ ਪਰ ਇਹਨਾਂ ਦੇ ਆਪਣੇ ਹੀ ਐਮਐਲਏ ਨੇ ਇਹਨਾਂ ਦੀ ਪੋਲ ਖੋਲਤੀ ਬੀਤੇ ਸ਼ਨੀਚਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਜਦੋਂ ਡਾਕਟਰ ਅਜੇ ਗੁਪਤਾ ਇਹ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸੈਂਟਰਲ ਤੋਂ ਨੇ ਕਿਸੇ ਟਾਈਮ ਇਹ ਕਾਂਗਰਸ ਦੇ ਕਾਉਂਸਲਰ ਹੁੰਦੇ ਸੀ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਇਹਨਾਂ ਨੇ ਬਿਲਕੁਲ ਇਹਨਾਂ ਨੂੰ ਸਪਸ਼ਟ ਕਰਤਾ ਦੱਸਤਾ ਕਿ ਜੇ ਤੁਸੀਂ ਆਪਣੀ ਕਾਰਗੁਜ਼ਾਰੀ ਨਹੀਂ ਸੁਧਾਰੀ ਜਾਂ ਐਸੇ ਤਰ੍ਹਾਂ ਕੰਮ ਕਰਦੇ ਰਹੇ ਜੇ ਤੁਸੀਂ ਲੋਕਾਂ ਤੱਕ ਜਾਂ ਲੋਕਾਂ ਤੱਕ ਤੁਸੀਂ ਨਾ ਪਹੁੰਚ ਸਕੇ ਉਹਨਾਂ ਦੇ ਕੰਮ ਨਾ ਹੋਏ ਔਰ ਤੁਹਾਡੇ ਜਿਹੜੇ ਐਮਐਲਏ ਨੇ ਵੋਲੰਟੀਅਰਸ ਨੇ ਜਿਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਪੁੱਛਦਾ ਬਲਕਿ ਉਹਨਾਂ ਦੀ ਬੇਇੱਜ਼ਤੀ ਤੱਕ ਹੁੰਦੀ ਆ ਤੇ ਫਿਰ ਤੁਸੀਂ ਭੁੱਲ ਜਓ ਸਾਲ 2027 ਦੇ ਵਿੱਚ ਤੁਸੀਂ ਦੁਬਾਰਾ ਆ ਜਾਓਗੇ ਇਹ ਗੱਲ ਉਹਨਾਂ ਨੇ ਬੀਤੇ ਸਨਿਚਰਵਾਰ ਸੈਲੀਬ੍ਰੇਸ਼ਨਜ਼ ਐ ਰਿਜ਼ੋਰਟ ਕਰਕੇ ਉੱਥੇ ਅੰਮ੍ਰਿਤਸਰ ਉੱਥੇ ਦਰਅਸਲ ਕੁਲਦੀਪ ਸਿੰਘ ਢਾਲੇਵਾਲ ਕੈਬਨਿਟ ਮੰਤਰੀ ਨੇ ਇਹਨਾਂ ਦੇ ਉਹਨਾਂ ਨੇ ਇੱਕ ਬੈਠਕ ਬੁਲਾਈ ਸੀ ਆਪਣੇ ਵਰਕਰਸ ਦੀ ਵੌਲੰਟੀਅਰਸ ਦੀ ਕਿ ਆਓ ਥੋੜਾ ਜਿਹਾ ਆਤਮ-ਮੰਥਨ ਕਰੀਏ ਇੰਟਰਸਪੈਕਸ਼ਨ ਕਰੀਏ ਆਪਾਂ ਹਾਰ ਕਿਉਂ ਗਏ ਆਪਾਂ ਤਾਂ ਇਹ ਸੀਟ ਜਿੱਤ ਰਹੀ ਸੀ ਤੇ ਗੁਰਜੀਤ ਸਿੰਘ ਆਦਲਾ ਕਾਂਗਰਸ ਦੇ ਉਥੋਂ ਫੇਰ ਐਮਪੀ ਬਣ ਜਾਂਦੇ ਨੇ ਕਾਰਨ ਕੀ ਬਣਿਆ ਕਾਰਨ ਫਿਰ ਡਾਕਟਰ ਅਜੇ ਗੁਪਤਾ ਨੇ ਖੁੱਲ ਕੇ ਦੱਸਦਾ ਵੈਸੇ ਤੁਸੀਂ ਵੀਡੀਓ ਦੇਖ ਵੀ ਲਿਆ ਹੋਣਾ ਤੇ ਅਸੀਂ ਵੀ ਤੁਹਾਨੂੰ ਦਿਖਾ ਦਿੰਨੇ ਆ ਸਰਕਾਰ ਦੀਆਂ ਕਮਜ਼ੋਰੀਆਂ ਤਾਜੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਇਹ ਇਹ ਪਾਰਲਮੈਂਟ ਦੇ ਅੰਦਰ ਇਹ ਪਾਰਲਮੈਂਟ ਖੁੱਲ ਕੇ ਕਹਿ ਰਹੇ ਇਸੇ ਅਫਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਬਾਜੀ ਕੋਈ ਗੱਲ ਨਹੀਂ ਬਾਜੀ ਹੋ ਜਾਏਗਾ ਬਾਜੀ ਕੋਈ ਗੱਲ ਨਹੀਂ ਬਾਜੀ ਇਹ ਗੱਲ ਕਰਦੇ ਆਂ ਜੀ ਬਾਜੀ ਕੰਮ ਹੋਣੀ ਹੋਏਗਾ ਪਰ ਟਾਲੀ ਵਾਲ ਸਾਹਿਬ ਕੰਮ ਨਹੀਂ ਸੀ ਹੁੰਦਾ ਕੰਮ ਨਹੀਂ ਸੀ ਹੁੰਦਾ ਫੈਸਲਾ ਕੀਤਾ ਜਾਂਦਾ ਸੀ ਸਾਡੇ ਵਲੰਟੀਅਰਸ ਨੂੰ ਬੇਇਜ਼ਤ ਕੀਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਹੈ ਸਿਰਾ ਜੀ ਵੀ ਨਾ ਸੀ ਚੇਤੇ ਆ ਜੀ ਵੀ ਨਾ ਸੀ ਜਾਕੇ ਇਹ ਪਉਜੋ 2027 ਨੂੰ ਤੁਹਾਨੂੰ ਕਹਦੇ ਆ ਪਉਜੋ ਤੋ ਇਹ ਸਿਭਾਈ ਗੂ ਬਦਲਾਵ ਤਾਂ ਤੁਸੀਂ ਨਾਰਾ ਦੇ ਗਿਆ ਸੀ ਰਾਜੀਵਨ ਸਾਹਿਬ ਕੀ ਬਦਲਾਵ ਆ ਪੰਜਾਬ ਦੇ ਵਿੱਚ ਦੱਸੋ ਮੈਨੂੰ ਬਾਰੇ ਦਾ ਬਦਲਾਵ ਹੋਇਆ ਹੈ ਕਿ ਕਿਸ ਤਰ੍ਹਾਂ ਦਾ ਬਦਲਾਵ ਹੋਇਆ ਵਸਾ ਪੰਦਰੀ ਹੋਇਆ ਰਕਸ਼ਨ ਮਸ਼ਾ ਵਧੂ ਕੀ ਹੋ ਰਹੀ ਸੀ ਮਸ਼ਾ ਕਈ ਨਾ ਵਧ ਗਿਆ ਪੰਜਾਬ ਦੇ ਵਿੱਚ ਆਪਕਾ ਦੱਸੋ ਮਸ਼ਾ ਤੋਂ ਨਵਾ ਜੇ ਆਪਾਂ ਗੱਲ ਕਰੀਏ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਤੇ ਆ ਕਿਹੜਾ ਭ੍ਰਸ਼ਟਾਚਾਰ ਵੱਧ ਰਿਹਾ ਹੈ ਮੈਨੂੰ ਦੱਸੋ ਲੋਕੀ ਕਹਿੰਦੇ ਨੇ ਲੋਕੀ ਦੱਸਦੇ ਨੇ ਆਕੇ ਜੇ ਡਾਕਟਰ ਸਾਹਿਬ ਮਸ਼ਾ ਇਹ ਬਾਤ ਕਿਦ ਤਰੀ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਪਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਹੈ ਕਿਹਾ ਮੈਂ ਅੱਜ ਫੋਨ ਕੀਤਾ ਕੰਮ ਕਰੀਂ ਇਸ ਤਰ੍ਹਾਂ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਮਐਲਏ ਦਾ ਫੋਨ ਕਰਾਤਾ ਤੇ ਰਿਸ਼ਵਤ ਹੋ ਗਈ 5 ਲੱਖ ਰੁਪਈਆ ਉਹ ਕਹਿੰਦੇ ਦਰਅਸਲ ਹੋਇਆ ਇਹ ਆ ਕਿ ਜਿਹੜੇ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ ਪੰਜਾਬ 'ਚ ਵੀ ਕਰਦੇ ਹੋ ਜਾਂ ਕਿ ਬਾਹਰਲੀਆਂ ਸਟੇਟਸ ਦੇ ਵਿੱਚ ਵੀ ਕਰਦੇ ਹੋ ਝੂਠ ਬੋਲਦੇ ਹੋ ਕਿ ਇੱਥੇ ਅਸੀਂ ਨਸ਼ੇ ਖਤਮ ਕਰਤੇ ਕੋਈ ਨਸ਼ਾ ਨਹੀਂ ਖਤਮ ਹੋਇਆ ਤੁਸੀਂ ਕਹਿੰਦੇ ਹੋ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਕੋਈ ਭ੍ਰਿਸ਼ਟਾਚਾਰ ਨਹੀਂ ਖਤਮ ਹੋਇਆ ਤੁਹਾਡੇ ਅਧਿਕਾਰੀ ਤੁਹਾਡੇ ਕਰਮਚਾਰੀ ਤੁਹਾਡੇ ਅਫਸਰ ਅੱਜ ਵੀ ਲੋਕਾਂ ਤੋਂ ਉਸੇ ਤਰ੍ਹਾਂ ਪੈਸੇ ਵਸੂਲਦੇ ਨੇ ਰਿਸ਼ਵਤ ਲੈ ਕੇ ਕੰਮ ਕਰਦੇ ਨੇ ਤੇ ਜਿਹੜੇ ਸਾਡੇ ਐਮਐਲਏ ਨੇ ਸਾਡਾ ਕੋਈ ਵਲੰਟੀਅਰ ਆ ਵਰਕਰ ਆ ਜਦੋਂ ਸਰਕਾਰੀ ਦਫਤਰ ਜਾਂਦਾ ਉੱਥੇ ਜਾ ਕੇ ਬੈਠਦਾ ਤੇ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ ਬਲਕਿ ਉਹਦੀ ਇੱਜ਼ਤ ਹੀ ਨਹੀਂ ਕੀਤੀ ਜਾਂਦੀ ਔਰ ਜਿਹੜੇ ਖਾਸ ਤੌਰ ਤੇ ਚਾਹੇ ਐਸਐਚਓ ਲੈਵਲ ਦਾ ਅਧਿਕਾਰੀ ਹੋਵੇ ਚਾਹੇ ਕੋਈ ਇਨਸਪੈਕਟਰ ਹੋਵੇ ਤਹਿਸੀਲਦਾਰ ਹੋਵੇ ਕਹਿੰਦੇ ਉਹਨਾਂ ਨੂੰ ਕੁਰਸੀ ਤੱਕ ਨਹੀਂ ਦਿੰਦੇ ਇਹ ਹਿਮਾਕਤ ਕਰ ਰਹੇ ਨੇ ਉਹ ਸਾਡੇ ਦੇ ਨਾਲ ਤੇ ਸਾਡੇ ਲੀਡਰ ਸਮਝਦੇ ਨੇ ਕਿ ਅਸੀਂ ਬਹੁਤ ਵਧੀਆ ਵਿਵਸਥਾ ਜਾਂ ਬਹੁਤ ਵਧੀਆ ਪ੍ਰਸ਼ਾਸਨ ਦੇ ਰਹਿਆ ਬਿਲਕੁਲ ਵਧੀਆ ਪ੍ਰਸ਼ਾਸਨ ਨਹੀਂ ਹੈ ਬਲਕਿ ਉਹਨਾਂ ਨੇ ਇੱਕ ਉਦਾਹਰਣ ਵੀ ਦਿੱਤੀ ਡਾਕਟਰ ਅਜੇ ਗੁਪਤਾ ਨੇ ਕਹਿੰਦੇ ਦਰਅਸਲ ਕਿਸੇ ਦਾ ਕੰਮ ਸੀ ਤੇ ਮੈਂ ਅਧਿਕਾਰੀ ਨੂੰ ਫੋਨ ਕਰਤਾ ਕਹਤਾ ਕਿ ਇਹਨਾਂ ਦਾ ਕੰਮ ਕਰ ਦਿਓ ਜਿਹੜਾ 1 ਲੱਖ ਰੁਪਇਆ ਮੰਗ ਰਿਆ ਸੀ ਰਿਸ਼ਵਤ ਜਿਸ ਤਰ੍ਹਾਂ ਇਹ ਮੇਰਾ ਫੋਨ ਗਿਆ ਤੇ ਉਹੀ ਜਿਹੜੀ ਕੀਮਤ ਸੀ ਉਹ 1 ਲੱਖ ਤੋਂ ਵੱਧ ਕੇ 5 ਲੱਖ ਹੋ ਗਈ ਯਾਨੀ ਕਿ ਜੇ ਕੋਈ ਐਮਐਲਏ ਫੋਨ ਕਰ ਦੂਗਾ ਤੇ ਉਹਦੀ ਕੀਮਤ ਵੱਧ ਜਾਂਦੀ ਹੈ ਇਹ ਹਾਲ ਇਸ ਟਾਈਮ ਪੰਜਾਬ ਸਰਕਾਰ ਦਾ ਇਹ ਹਾਲਾਤ ਬਣੇ ਹੋਏ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਸੁਧਾਰ ਆਊਗਾ ਵੈਸੇ ਤਾਂ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਹਿੰਦੇ ਸਾਨੂੰ ਆਪਣੀ ਮਰਜ਼ੀ ਦੇ ਐਮਐਲਏ ਦੀ ਮਰਜ਼ੀ ਦੇ ਐਸਐਚਓ ਲਵਾਉਣੇ ਚਾਹੀਦੇ ਆ ਸਟੇਸ਼ਨ ਹਾਊਸ ਆਫੀਸਰ ਜਿਹੜੇ ਕਿ ਥਾਣੇ ਨੂੰ ਕੰਟਰੋਲ ਕਰਦੇ ਆ ਤਾਂ ਹੀ ਜਾ ਕੇ ਕਹਿੰਦੇ ਆਪਾਂ ਆਪਣੇ ਕੰਮ ਕਰਵਾ ਸਕਦੇ ਆ ਵੈਸੇ ਮੈਂ ਇਹਨਾਂ ਦੇ ਸੁਝਾਅ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ ਇਹ ਨਾ ਤਾਂ ਕੋਈ ਵਧੀਆ ਪ੍ਰਸ਼ਾਸਨ ਆ ਨਾ ਹੀ ਕੋਈ ਵਧੀਆ ਡੈਮੋਕ੍ਰੇਸੀ ਦਾ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਹੋਵੇਗਾ ਜੇ ਇਸ ਤਰ੍ਹਾਂ ਹੋਏਗਾ ਤੁਸੀਂ ਯਾਦ ਕਰੋ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਐਮਐਲਏ ਨੂੰ ਖੁਸ਼ ਕਰਨ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੇ ਮੰਤਰੀ ਬਣ ਗਏ ਉਹ ਤਾਂ ਖੁਸ਼ ਹੈ ਹੀ ਐ ਐਮਐਲਏ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਹਲਕਾ ਇੰਚਾਰਜ ਬਣਾਤਾ ਤੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਆਪਣੇ ਮਨਪਸੰਦ ਆ ਤੁਸੀਂ ਡੀਐਸਪੀ ਲਵਾ ਲਓ ਡੀਐਸਪੀ ਹਲਕੇ ਦੇ ਲੱਗਣ ਲੱਗ ਗਿਆ ਸੀ ਤੇ ਉਸ ਟਾਈਮ ਪ੍ਰਸ਼ਾਸਨ ਦਾ ਕੀ ਹਾਲ ਹੋਇਆ ਸੀ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਡਾਕਟਰ ਅਜੇ ਗੁਪਤਾ ਆਪਣੀ ਸਰਕਾਰ ਨੂੰ ਸੁਧਾ ਦੇ ਰਹੇ ਨੇ ਕਿ ਇਹ ਇਸ ਤਰ੍ਹਾਂ ਚਾਹੁੰਦੇ ਨੇ ਇਹਦਾ ਮਤਲਬ ਤੁਹਾਡੇ ਅਸਰਚ ਹੋ ਜਾਣਗੇ ਤੇ ਜਿਹੜੇ ਬਾਕੀ ਲੋਕ ਆ ਉਹ ਕਿੱਥੇ ਜਾਣਗੇ ਕੇਵਲ ਤੁਹਾਡੇ ਕਹਿਣ ਤੇ ਕੰਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਵੀ ਇੱਥੋਂ ਦਾ ਇੱਕ ਹਿੱਸਾ ਕਾਂਗਰਸ ਵੀ ਇੱਥੋਂ ਦਾ ਹਿੱਸਾ ਬਹੁਜਨ ਸਮਾਜ ਪਾਰਟੀ ਵੀ ਇੱਥੋਂ ਦਾ ਹਿੱਸਾ ਭਾਰਤੀ ਜਨਤਾ ਪਾਰਟੀ ਵੀ ਇੱਥੋਂ ਦਾ ਹਿੱਸਾ ਤੇ ਜਿਹੜੇ ਲੋਕ ਕਿਸੇ ਪਾਰਟੀ ਦੇ ਨਾਲ ਨਹੀਂ ਜੁੜੇ ਉਹ ਵੀ ਇੱਥੋਂ ਦੇ ਹਿੱਸੇ ਨੇ ਉਹਨਾਂ ਨੇ ਵੀ ਆਪਣੇ ਕੰਮ ਕਰਾਉਣੇ ਆ ਤੁਹਾਡਾ ਪ੍ਰਸ਼ਾਸਨ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਚੁਸਤ ਦਰੁਸਤ ਕਿ ਜੋ ਵੀ ਵਿਅਕਤੀ ਜਿਹੜੇ ਮਰਜ਼ੀ ਦਫ਼ਤਰ ਦੇ ਵਿੱਚ ਚਲਾ ਜਾਵੇ ਜਿੱਥੋਂ ਦਾ ਮਰਜ਼ੀ ਹੋਵੇ ਉਹਨੇ ਵੋਟ ਪਾਈ ਹੋਵੇ ਨਾ ਪਾਈ ਹੋਵੇ ਉਸ ਦੇ ਕੰਮ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਭੈ ਤੋਂ ਡਰ ਤੋਂ ਹੋਣੇ ਚਾਹੀਦੇ ਆ ਇਸ ਤਰ੍ਹਾਂ ਦਾ ਨਿਜ਼ਾਮ ਤੁਸੀਂ ਕਿਉਂ ਨਹੀਂ ਸਥਾਪਿਤ ਕਰਦੇ ਕੇਵਲ ਆਪਣੇ ਲਈ ਫਾਇਦੇ ਮੰਗਦੇ ਹੋ ਔਰ ਵੈਸੇ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਇਹ ਤਾਂ ਹੁਣ ਡਾਕਟਰ ਅਜੀਤ ਗੁਪਤਾ ਤਾਂ ਹੁਣ ਜਾ ਕੇ ਬੋਲੇ ਆ ਇਸ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਕਿੰਨੀ ਵਾਰੀ ਬੋਲ ਚੁੱਕੇ ਆ ਕਦੇ ਉਹਨਾਂ ਦੀ ਤੁਸੀਂ ਗੱਲ ਸੁਣੀ ਆ ਡਾਕਟਰ 인ਦਰਬੀਰ ਸਿੰਘ ਨਿੱਜਰ ਇਹ ਵੀ ਇਥੋਂ ਦੇ ਆ ਇਹਨਾਂ ਨੂੰ ਤੁਸੀਂ ਪਾਸੇ ਕਰਤਾ ਸੀ ਲੋਕਲ ਗਵਰਨਮੈਂਟ ਦੇ ਇਹ ਤੁਹਾਡੇ ਮੰਤਰੀ ਸੀ ਕੈਬਨਿਟ ਮੰਤਰੀ ਇਹਨਾਂ ਨੂੰ ਤੁਸੀਂ ਕੰਮ ਹੀ ਨਹੀਂ ਲਿਆ ਕੰਮ ਕਰਨ ਵੀ ਨਹੀਂ ਦਿੱਤਾ ਆ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਯਾਦ ਕਰੋ ਜਦੋਂ ਪਿੰਡੂ ਵਿਕਾਸ ਤੇ ਪੰਚਾਇਤੀ ਮਹਿਕਮਾ ਦੇ ਮੰਤਰੀ ਸੀ ਇਹ ਕਿਸ ਤਰ੍ਹਾਂ ਇਹ ਜਿਹੜੀਆਂ ਜ਼ਮੀਨਾਂ ਹਥਿਆਈਆਂ ਹੋਈਆਂ ਸੀ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਰਹੇ ਸੀ ਕਹਿੰਦੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਸੀਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਅਸੀਂ ਛਡਾਵਾਂਗੇ ਤੁਸੀਂ ਇਹਨਾਂ ਨੂੰ ਵੀ ਪਾਸੇ ਕਰਤਾ ਕੀ ਤੁਸੀਂ ਭੂ ਮਾਫੀਆ ਦੇ ਕਿਸੇ ਡਰ ਦੇ ਵਿੱਚ ਆ ਗਏ ਸੀ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਗਏ ਸੀ ਜਿਹੜਾ ਆਪਣੀ ਕੰਮ ਕਰ ਰਿਹਾ ਸੀ ਜਿਹੜਾ ਤੁਹਾਡੀ ਆਪਣੀ ਕੈਬਨਿਟ ਦਾ ਮੰਤਰੀ ਸੀ ਉਸ ਨੂੰ ਤੁਸੀਂ ਪਾਸੇ ਕਰਤਾ ਚਾਰ ਵਿਅਕਤੀ ਆਲਰੇਡੀ ਉੱਥੇ ਪ੍ਰਭਾਵਿਤ ਹੋ ਚੁੱਕੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆ ਕੁਲਦੀਪ ਸਿੰਘ ਢਾਲੀਵਾਲਾ ਡਾਕਟਰ ਇੰਦਰਪ੍ਰੀਤ ਸਿੰਘ ਨਿਜਰਾ ਤੇ ਹੁਣ ਲੇਟੈਸਟ ਉਹਨੇ ਡਾਕਟਰ ਅਜੇ ਗੁਪਤਾ ਇਹ ਲਗਾਤਾਰ ਪੰਜ ਤਾਂ ਤੁਹਾਡੇ ਸਾਰੇ ਉੱਥੇ ਐਮਐਲਏ ਆ ਤੇ ਜੇ ਤੁਸੀਂ ਇੱਥੇ ਨਿਰਾਸ਼ ਕਰ ਦੋਗੇ ਪਰ ਇੱਕ ਗੱਲ ਜ਼ਰੂਰ ਆ ਜਿਹੜੀ ਡਾਕਟਰ ਅਜੇ ਗੁਪਤਾ ਨੇ ਕਹੀ ਹੈ ਜਿਹੜੀ ਗੱਲ ਉਹ ਅੰਮ੍ਰਿਤਸਰ ਦੇ ਵਿੱਚ ਕਹਿ ਰਹੇ ਆ ਉਹ ਗੱਲ ਪੂਰੇ ਪੰਜਾਬ ਦੇ ਵਿੱਚ ਲਾਗੂ ਹੁੰਦੀ ਆ ਔਰ ਇਸ ਦੀਆਂ ਸਾਨੂੰ ਉਦਾਹਰਨਾ ਹਰ ਰੋਜ਼ ਨਜ਼ਰ ਆਉਂਦੀਆਂ ਹੁਣ ਤੁਸੀਂ ਦੇਖੋ ਇਹ ਬੜੀਆਂ ਗੱਲਾਂ ਕਰਦੇ ਆ ਅੱਜ ਮੈਂ ਪੰਜਾਬ ਦੇ ਆਫੀਸ਼ੀਏਟਿੰਗ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਦਾ ਇੱਕ ਬਿਆਨ ਪੜ੍ਹ ਰਿਆ ਸੀ ਉਹ ਆਪਣੇ ਅਫਸਰਾਂ ਨੂੰ ਕਹਿ ਰਹੇ ਆ ਕਹਿੰਦੇ ਲੋਕਾਂ ਨੂੰ ਮਿਲਿਆ ਕਰੋ ਤੇ ਲੋਕਾਂ ਤੋਂ ਮਿਲਣ ਤੋਂ ਇਲਾਵਾ ਤੜਕੋ ਕੋ ਕੰਮ ਹੈ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਤਾਈਓ ਤੁਹਾਡੇ ਵਰਦੀਆਂ ਪਾਈਆਂ ਨੇ ਤਾਈਓ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਤੁਹਾਡੇ ਜਿਹੜੇ ਮੋਢਿਆਂ ਤੇ ਸਟਾਰਸ ਲੱਗੇ ਨੇ ਤੁਹਾਡੇ ਡੌਗ ਕਾਲਰਸ ਲੱਗੇ ਨੇ ਤੁਸੀਂ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਸਹੂਲਤਾਂ ਲੈਨੇ ਹੋ ਤੁਹਾਨੂੰ ਪੱਤੇ ਮਿਲਦੇ ਨੇ ਗੱਡੀਆਂ ਮਿਲਦੀਆਂ ਕਾਰਾਂ ਮਿਲਦੀਆਂ ਕਾਦੇ ਵਾਸਤੇ ਮਿਲਦੀਆਂ ਲੋਕਾਂ ਦੀ ਸੇਵਾ ਕਰਨ ਲਈ ਮਿਲਦੀਆਂ ਲਾਕਿ ਤੁਸੀਂ ਲੋਕਾਂ ਤੇ ਕੋਈ ਹੁਕਮ ਚਲਾਉਣੇ ਆ ਪਰ ਤੁਸੀਂ ਹਾਲਾਤ ਦੇਖੋ ਇਹ ਸਰਕਾਰ ਦੇ ਭਗਵੰਤ ਮਾਨ ਸਰਕਾਰ ਦੇ ਜਿਨ੍ਹਾਂ ਕੋਲੇ ਇਹ ਹੋਮ ਡਿਪਾਰਟਮੈਂਟ ਆ ਇੱਕ ਇਸ ਤਰ੍ਹਾਂ ਦਾ ਅਫੀਸ਼ੀਏਟਿੰਗ ਡੀਜੀਪੀ ਤੁਸੀਂ ਲਵਾਇਆ ਹੋਇਆ ਜਿਹਨੂੰ ਤੁਸੀਂ ਅੱਜ ਤੱਕ ਪੱਕਾ ਨਹੀਂ ਕਰਵਾ ਸਕੇ ਤੁਸੀਂ ਗੱਲਾਂ ਕਰਦੇ ਹੋ ਸੀ ਐਸਐਚਓ ਲਾਉਣੇ ਆ ਤੁਹਾਡਾ ਤਾਂ ਡੀਜੀਪੀ ਨਹੀਂ ਪੱਕਾ ਹੋ ਰਿਹਾ ਤੇ ਡੀਜੀਪੀ ਦਾ ਕੰਮ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖ ਲਿਆ ਕਿ ਇੱਥੋਂ ਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਇਹ ਬਿਲਕੁਲ ਫੇਲ ਹੋਏ ਨੇ ਫੇਲਿਅਰ ਆ ਤੁਹਾਡਾ ਡੀਜੀਪੀ ਔਰ ਐਸੇ ਕਰਕੇ ਫੇਲਿਅਰ ਆ ਤੁਹਾਡੀ ਫੇਲ ਹੋ ਰਹੀ ਹੈ ਸਰਕਾਰ ਪਰ ਤੁਸੀਂ ਜਾਂ ਤਾਂ ਉਹਨਾਂ ਤੋਂ ਡਰਦੇ ਹੋ ਜਾਂ ਤੁਹਾਡਾ ਡੀਜੀਪੀ ਉੱਪਰੋਂ ਲੱਗ ਕੇ ਆਇਆ ਯਾਨੀ ਕਿ ਅਰਵਿੰਦ ਕੇਜਰੀਵਾਲ ਨੇ ਲਵਾਇਆ ਇਸ ਕਰਕੇ ਤੁਸੀਂ ਉਹਨੂੰ ਪਾਸੇ ਨਹੀਂ ਕਰ ਸਕਦੇ ਕਿਸੇ ਟਾਈਮ ਇੱਥੋਂ ਦਾ ਸੁਪਰ ਸੀਐਮ ਰਗਵ ਚੱਡਾ ਹੋ ਜਾਂਦਾ ਕਿਸੇ ਵਕਤ ਅਰਵਿੰਦ ਕੇਜਰੀਵਾਲ ਹੁੰਦਾ ਤੇ ਤੁਸੀਂ ਪੰਜਾਬ ਦੇ ਹਿੱਤ ਦੇ ਵਿੱਚ ਤਾਂ ਕਦੇ ਕੋਈ ਫੈਸਲਾ ਨਹੀਂ ਲੈਂਦੇ ਸਾਰੇ ਦੇ ਸਾਰੇ ਫੈਸਲੇ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਦੇਖੋ ਜੀ ਕਾਂਗਰਸ ਦੀ ਸਰਕਾਰ ਤਾਂ ਦਿੱਲੀ ਤੋਂ ਫੈਸਲੇ ਲੈਂਦੀ ਹੈ ਭਾਰਤੀ ਜਨਤਾ ਪਾਰਟੀ ਇਹ ਵੀ ਦਿੱਲੀ ਤੋਂ ਫੈਸਲੇ ਲੈਂਦੀ ਹੈ ਤੇ ਤੁਹਾਡੀ ਸਰਕਾਰ ਪੰਜਾਬ ਦੀ 92 ਐ ਮਹਿਲੇ ਵਾਲੀ ਤੁਸੀਂ ਕਿਸ ਤੋਂ ਫੈਸਲੇ ਲੈਨੇ ਵੈਸੇ ਤੁਹਾਡਾ ਇੱਕ ਐਮਐਲਏ ਘਟ ਗਿਆ ਸ਼ੀਤ ਲੰਗਰਾਲ ਉਹਦਾ ਅਸਤੀਫਾ ਐਕਸੈਪਟ ਕਰ ਲਿਆ ਗਿਆ ਸਪੀਕਰ ਵੱਲੋਂ ਹਾਲਾਂਕਿ ਉਹਨੇ ਚਿੱਠੀ ਲਿਖੀ ਸੀ ਕਿ ਮੇਰਾ ਅਸਤੀਫਾ ਪਹਿਲਾਂ ਦੇਤਾ ਬਾਅਦ ਵਿੱਚ ਉਹ ਕਹਿੰਦਾ ਮੇਰਾ ਅਸਤੀਫਾ ਕਬੂਲ ਨਾ ਕਰਿਓ ਕਿਉਂ ਨਾ ਕਰਿਓ ਤੇ ਪਹਿਲਾਂ ਕੀ ਸੋਚ ਕੇ ਦਿੱਤਾ ਸੀ ਖੈਰ ਵਾਪਸ ਹੋਨੇ ਆ ਸੋ ਜਿੰਨੀ ਦੇਰ ਤੱਕ ਤੁਸੀਂ ਆਪਣਾ ਪ੍ਰਸ਼ਾਸਨ ਚੰਗੇ ਤਰ੍ਹਾਂ ਚੁਸਤ ਦਰਸਤ ਨਹੀਂ ਕਰਦੇ ਜੇ ਬਿਊਰੋਕ੍ਰੇਸੀ ਤੁਹਾਡੀ ਗੱਲ ਨਹੀਂ ਸੁਣਦੀ ਅਫਸਰ ਤੁਹਾਡੀਆਂ ਗੱਲਾਂ ਨਹੀਂ ਸੁਣਦੇ ਜਾਂ ਤੁਹਾਡਾ ਕਹਿਣਾ ਨਹੀਂ ਮੰਨਦੇ ਤਾਂ ਫਿਰ ਇਹ ਵੀ ਤੁਹਾਡਾ ਹੀ ਕਸੂਰ ਆ ਕੰਮ ਕਰਾਉਣ ਦਾ ਵੱਲ ਵੀ ਆਉਣਾ ਚਾਹੀਦਾ ਮੈਨੂੰ ਯਾਦ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕੋਲ ਅਕਸਰ ਕਈ ਜਥੇਦਾਰ ਚਲੇ ਜਾਂਦੇ ਸੀ ਦੇਖੋ ਜੀ ਅਫਸਰ ਸਾਡਾ ਕੰਮ ਨਹੀਂ ਕਰਦੇ ਉਹ ਗੱਲ ਸੁਣ ਵੀ ਲੈਂਦੇ ਸੀ ਪਰ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਹਿੰਦੇ ਕੰਮ ਕਰਾਉਣਾ ਸਿੱਖੋ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਚਲਾਉਣਾ ਕਿਉਂਕਿ ਅਫਸਰ ਕੰਮ ਤੁਹਾਡਾ ਕਰਨਾ ਚਾਹੁੰਦੇ ਆ ਪਰ ਕਈ ਵਾਰੀ ਤੁਹਾਨੂੰ ਕੰਮ ਕਰਾਉਣ ਦੀ ਜਾਚ ਹੀ ਨਹੀਂ ਆ ਤਾਨੂੰ ਕੰਮ ਕਰਾਉਣ ਦਾ ਵਾਲ ਹੀ ਨਹੀਂ ਆਉਂਦਾ ਤੁਸੀਂ ਐਵੇਂ ਇਹਨਾਂ ਦੇ ਨਾਲ ਬਹਿਸ ਕਰਨ ਲੱਗ ਜਾਨੇ ਹੋ ਖੇਬੜਨ ਲੱਗ ਜਾਨੇ ਹੋ ਇਹਨਾਂ ਦੇ ਨਾਲ ਤੁਸੀਂ ਆਰਗੂਮੈਂਟ ਕਰਨ ਲੱਗ ਜਾਨੇ ਹੋ ਜੇ ਮੈਂ ਹਰ ਰੋਜ਼ ਅਫਸਰਾਂ ਨੂੰ ਚੱਕ ਕੇ ਅਧਿਕਾਰੀਆਂ ਨੂੰ ਬਦਲਣ ਲੱਗਾ ਜਾਂ ਉਹਨਾਂ ਦੀਆਂ ਬਦਲੀਆਂ ਕਰਨ ਲੱਗਾ ਤਾਂ ਫਿਰ ਕੀ ਇਸ ਤਰ੍ਹਾਂ ਮੈਂ ਪ੍ਰਸ਼ਾਸਨ ਚਲਾ ਲੂੰਗਾ ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਸ਼ਾਸਨ ਕਰਨਾ ਜਾਂ ਐਡਮਿਨਿਸਟ੍ਰੇਸ਼ਨ ਕਦੇ ਸਿੱਖੀ ਨਹੀਂ ਆਪਣੇ ਕਈ ਇਹਨਾਂ ਦੇ ਅਫਸਰ ਸੀ ਜਿਨ੍ਹਾਂ ਦੇ ਨਾਲ ਬੈਠ ਕੇ ਮੈਰਾਥਨ ਮੀਟਿੰਗਸ ਕਰਕੇ ਉਹਨਾਂ ਤੋਂ ਪ੍ਰਸ਼ਾਸਨ ਕਰਨਾ ਇਹ ਸਿੱਖ ਸਕਦੇ ਸੀ ਅਫਸਰ ਚਾਹੁੰਦੇ ਹੁੰਦੇ ਆ ਕਿ ਚਾਹੇ ਕੋਈ ਵੀ ਨਵੀਂ ਸਰਕਾਰ ਆਵੇ ਉਹਨਾਂ ਦੇ ਇਹ ਲਾਇਲ ਬਣ ਸਕਣ ਉਹਨਾਂ ਨੂੰ ਗਾਈਡ ਕਰ ਸਕਣ ਕਿਉਂਕਿ ਉਹਨਾਂ ਕੋਲੇ ਅਥਾ ਐਕਸਪੀਰੀਅੰਸ ਹੁੰਦਾ ਉਹਨਾਂ ਕੋਲੇ ਤਜਰਬਾ ਹੁੰਦਾ ਪਰ ਜਿਹੜੀਆਂ ਸਰਕਾਰਾਂ ਉਹਨਾਂ ਦੇ ਵਿੱਚ ਵੀ ਇੰਨੇ ਸਕਿੱਲ ਚਾਹੀਦੇ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਗੁਣ ਚਾਹੀਦੇ ਨੇ ਕਿ ਉਹ ਅਫਸਰ شاہੀ ਤੋਂ ਕੰਮ ਲੈ ਸਕਣ ਦਰਸਲ ਇਹ ਗੱਲਾਂ ਹੋ ਨਹੀਂ ਰਹੀਆਂ ਖੈਰ ਅੱਗੇ ਚੱਲਦੇ ਆ ਅੱਗੇ ਗੱਲ ਕਰਾਂਗੇ ਆਪਾਂ ਰਵਨੀਤ ਸਿੰਘ ਬਿੱਟੂ ਦੀ ਰਵਨੀਤ ਸਿੰਘ ਬਿੱਟੂ ਤੁਸੀਂ ਦੇਖਿਆ ਹੋਣਾ ਬੜੇ ਖੁਸ਼ ਆ ਬੜਾ ਉਹਨਾਂ ਨੂੰ ਲੱਗਦਾ ਕਿ ਮੈਂ ਪਤਾ ਨਹੀਂ ਕਿੱਡਾ ਕ ਵੱਡਾ ਕੋਈ ਮੱਲ ਮਾਰ ਲਈ ਜਾਂ ਕਿੱਡਾ ਕ ਵੱਡਾ ਮਾਰਕਾ ਮਾਰ ਲਿਆ ਜਦੋਂ ਤੋਂ ਕੇਂਦਰ ਦੀ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੁਣ ਤਾਜ਼ਾ ਤਾਜ਼ਾ ਸਰਕਾਰ ਬਣੀ ਆ ਹਾਲਾਂਕਿ ਉਹ ਮਿਨੋਰਟੀ ਗਵਰਨਮੈਂਟ ਆ ਉਹਨਾਂ ਨੂੰ ਕਈ ਵਿਸਾਖੀਆਂ ਦਾ ਸਹਾਰਾ ਲੈਣਾ ਪੈ ਰਿਹਾ ਉਹਨਾਂ ਨੂੰ ਜਦੋਂ ਤੋਂ ਪਾਰਟੀ ਦਾ ਇਹ ਸੱਦਾ ਆਇਆ ਕਿ ਤੁਹਾਨੂੰ ਮੰਤਰੀ ਮੰਡਲ ਦੇ ਵਿੱਚ ਸੌਂਚ ਕਾਉਣੀ ਹੈ ਤੇ ਸੌਂਚ ਕਾ ਵੀ ਦਿੱਤੀ ਆ ਉਸ ਤੋਂ ਬਾਅਦ ਉਹ ਬੜੇ ਬਾਗੋ-ਬਾਗ ਹੋਏ ਫਿਰਦੇ ਨੇ ਕਿ ਪਤਾ ਨਹੀਂ ਹੁਣ ਮੈਂ ਪੰਜਾਬ ਦੇ ਵਿੱਚ ਕੀ ਕਰ ਦੇਣਾ ਤੇ ਇਸ ਤਰ੍ਹਾਂ ਦੀ ਅਪਰਚੂਨਿਟੀ ਸ਼ਾਇਦ ਉਹਨਾਂ ਨੂੰ ਕੱਲਿਆਂ ਨੂੰ ਮਿਲੀ ਆ ਰਵਨੀਤ ਸਿੰਘ ਬਿੱਟੂ ਨੂੰ ਪਹਿਲਾਂ ਤਾਂ ਮੈਂ ਯਾਦ ਕਰਾਦਾ ਕਿ ਤੁਹਾਡੇ ਤੋਂ ਪਹਿਲਾਂ ਵੀ ਹਾਰੇ ਹੋਏ ਜਿਹੜੇ ਐਮਪੀਸੀ ਉਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੰਤਰੀ ਬਣਾਇਆ ਕੇਂਦਰ ਦੇ ਵਿੱਚ ਬਲਕਿ ਤੁਹਾਡੇ ਤੋਂ ਜ਼ਿਆਦਾ ਪਾਵਰਫੁਲ ਮੰਤਰੀ ਬਣਾਇਆ ਅਰुण ਜੇਤਲੀ ਨੂੰ ਯਾਦ ਕਰ ਲੋ ਮਰਹੂਮ ਅਰुण ਜੇਤਲੀ ਜਿਹੜੇ ਹੁਣ ਦੁਨੀਆ ਤੇ ਇਸ ਵਕਤ ਰਹੇ ਨਹੀਂ ਸਨ 2014 ਦੇ ਵਿੱਚ ਜਦੋਂ મોદી ਦੀ ਲਹਿਰ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਅਮ੍ਰਿਤਸਰ ਤੋਂ ਹਰਾਇਆ ਸੀ ਤੇ ਹਾਰੇ ਹੋਏ ਅਰुण ਜੇਤਲੀ ਨੂੰ ਫਾਈਨੈਂਸ ਮਿਨਿਸਟਰ ਪਹਿਲਾਂ ਡਿਫੈਂਸ ਮਿਨਿਸਟਰ ਬਣਾਇਆ ਗਿਆ ਸੀ ਬਾਅਦ ਦੇ ਵਿੱਚ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਤੀਸਰੇ ਨੰਬਰ ਦੇ ਤਾਕਤਵਰ ਮੰਤਰੀ ਸੀ ਅਰुण ਜੇਤਲੀ ਜੇ ਪਹਿਲਾਂ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਫਿਰ ਬਾਅਦ ਦੇ ਵਿੱਚ ਅਮਿਤ ਸ਼ਾਹ ਦੀ ਗੱਲ ਕਰ ਲਈਏ ਤੇ ਇਸ ਤੋਂ ਬਾਅਦ ਵੀ ਤੁਸੀਂ ਦੇਖ ਲਓ ਸੰਨ 2019 ਦੇ ਵਿੱਚ ਜਦੋਂ ਹਰਦੀਪ ਸਿੰਘ ਪੁਰੀ ਇੱਥੋਂ ਹਾਰ ਗਏ ਸੀ ਅੰਮ੍ਰਿਤਸਰ ਤੋਂ ਹੀ ਉਹਨਾਂ ਨੂੰ ਵੀ ਹਾਰੇ ਹੋਏ ਨੂੰ ਮੰਤਰੀ ਬਣਾਇਆ ਗਿਆ ਸੀ ਉਹਨਾਂ ਨੂੰ ਕੇਂਦਰ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਮੰਤਰੀ ਬਣਾਇਆ ਗਿਆ ਕਿ ਚਲੋ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਪਰ ਕੀ ਭਾਰਤੀ ਜਨਤਾ ਪਾਰਟੀ ਹਾਰੇ ਹੋਏ ਆਪਣੇ ਉਮੀਦਵਾਰਾਂ ਨੂੰ ਮੰਤਰੀ ਬਣਾ ਕੇ ਇੱਕ ਚੰਗਾ ਸੁਨੇਹਾ ਦੇ ਰਹੀ ਹੈ ਮੈਨੂੰ ਲੱਗਦਾ ਇਸ ਤਰ੍ਹਾਂ ਕਰਕੇ ਤੁਸੀਂ ਲੋਕਾਂ ਦੀ ਆਵਾਜ਼ ਦਾ ਕਿਤੇ ਨਾ ਕਿਤੇ ਨਰਾਦਰ ਕਰ ਰਹੇ ਹੋ ਜਾਂ ਉਸ ਦੀ ਕਦਰ ਨਹੀਂ ਕਰ ਰਹੇ ਬਲਕਿ ਉਸ ਦਾ ਤੁਸੀਂ ਸਤਿਕਾਰ ਨਹੀਂ ਕਰ ਰਹੇ ਤੁਹਾਨੂੰ ਚਾਹੀਦਾ ਸੀ ਕਿ ਜੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈ ਜਿਵੇਂ ਰਵਨੀਤ ਸਿੰਘ ਬਿੱਟੂ ਆ ਉਸ ਨੂੰ ਲੋਕਾਂ ਨੇ ਨਕਾਰਤਾ ਉਸ ਨੂੰ ਹਰਾਤਾ ਤੇ ਤੁਸੀਂ ਉਹਨੂੰ ਲੈ ਕੇ ਕਿਉਂ ਚੱਲੇ ਹੋ ਤੁਸੀਂ ਲੋਕਾਂ ਦੇ ਜਿਹੜਾ ਇਹ ਮੰਡਟ ਆ ਜਿਹੜਾ ਲੁਧਿਆਣੇ ਦੇ ਵਿੱਚ ਮਿਲਿਆ ਉਹਨਾਂ ਨੂੰ ਹਰਾ ਗਿਆ ਉਸ ਦਾ ਸਤਿਕਾਰ ਕਿਉਂ ਨਹੀਂ ਕਰਦੇ ਉਸ ਦੀ ਕਦਰ ਕਿਉਂ ਨਹੀਂ ਕਰਦੇ ਖੈਰ ਇਹ ਤੁਹਾਡੀ ਫਿਤਰਤ ਆ ਭਾਰਤੀ ਜਨਤਾ ਪਾਰਟੀ ਦੀ ਤੁਸੀਂ ਕਿਉਂਕਿ ਹੰਕਾਰ ਦੇ ਵਿੱਚ ਇੰਨੇ ਹੋ ਕਮੰਡ ਦੇ ਵਿੱਚ ਇੰਨੇ ਹੋ ਭਾਰਤੀ ਜਨਤਾ ਪਾਰਟੀ ਦਾ ਕਮੰਡੀ ਇਸ ਗੱਲ ਤੋਂ ਨਜ਼ਰ ਆਉਂਦਾ ਕਿ ਕੋਈ ਗੱਲ ਨਹੀਂ ਹਰਾ ਦਿਓ ਜਿਹਨੂੰ ਹਰਾਉਣਾ ਅਸੀਂ ਦੇਖਾਂਗੇ ਕਿ ਅਸੀਂ ਮੰਤਰੀ ਕਿਹਨੂੰ ਬਣਾਉਣਾ ਇਹੀ ਕਮੰਡ ਤੁਹਾਡਾ ਲੋਕੀ ਬਾਰ-ਬਾਰ ਤੋੜਦੇ ਆ ਔਰ ਪੰਜਾਬ ਦੇ ਵਿੱਚ ਫੇਰ ਇੱਕ ਕਮੰਡ ਤੁਹਾਡਾ ਤੋੜਨੇ ਜਿੱਥੋਂ ਤੱਕ ਰਵਨੀਤ ਸਿੰਘ ਬਿੱਟੂ ਦਾ ਸਵਾਲ ਆ ਉਹ ਕਹਿੰਦੇ ਕਿ ਦੇਖੋ ਜੀ ਹੁਣ ਮੈਨੂੰ ਮੈਂ ਤਾਂ ਕਿਸਾਨਾਂ ਲਈ ਬਹੁਤ ਕੰਮ ਕਰੂੰਗਾ ਕਿਸਾਨਾਂ ਲਈ ਮੈਂ ਰੈੱਡ ਕਾਰਪਟ ਵਿਛਾ ਦੂੰਗਾ ਜ਼ਰੂਰ ਚਾਹੁੰਦਾ ਇਹ ਪੰਜਾਬ ਵੀ ਚਾਹੁੰਦਾ ਕਿ ਤੁਹਾਡੇ ਅਰਗੇ ਵਿਅਕਤੀ ਜਿਨ੍ਹਾਂ ਨੂੰ ਕੋਈ ਨਾ ਕੋਈ ਪੋਜੀਸ਼ਨ ਮਿਲਦੀ ਆ ਕਿਸੇ ਤਰ੍ਹਾਂ ਦਾ ਕੋਈ ਅਹੁਦਾ ਭਾਰਤ ਸਰਕਾਰ ਦਿੰਦੀ ਆ ਤੇ ਤੁਸੀਂ ਇੱਥੋਂ ਦੇ ਕਿਸਾਨਾਂ ਲਈ ਵੀ ਇੱਥੋਂ ਦੇ ਲੋਕਾਂ ਲਈ ਕੱਲੇ ਤੁਸੀਂ ਲੁਧਿਆਣੇ ਲਈ ਨਹੀਂ ਲੁਧਿਆਣੇ ਤੋਂ ਤੁਸੀਂ ਹਾਰ ਗਿਓ ਪੂਰੇ ਪੰਜਾਬ ਲਈ ਕੰਮ ਕਰੋ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਹੋਇਆ ਨਹੀਂ ਤੇ ਉਮੀਦ ਕਰਨਗੇ ਕਿ ਲੋਕ ਤੁਸੀਂ ਉਹਦਾ ਕੰਮ ਕਰ ਦੋ ਪਰ ਪਹਿਲਾਂ ਇਸੇ ਗੱਲ ਤੇ ਆਜੋ ਅਕਲਵਿੰਦਰ ਕੌਰ ਐ ਸੀਆਈ ਐਸਐਫ ਦੀ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਸੀਆਈਐਸਐਫ ਆਪਾਂ ਕਹਿੰਦੇ ਨੇ ਉਹਦੀ ਕਾਂਸਟੇਬਲ ਸੀ ਜਿਹਨੇ 6 ਤਰੀਕ ਨੂੰ ਕਥਿਤ ਤੌਰ ਤੇ ਕਿਹਾ ਜਾਂਦਾ 6 ਤਰੀਕ ਨੂੰ 6 ਜੂਨ ਨੂੰ ਕੰਗਨਾ ਰਲੋਤ ਜਿਹੜੀ ਮੰਡੀ ਤੋਂ ਤਾਜ਼ੀ-ਤਾਜ਼ੀ ਐਮਪੀ ਦੀ ਚੋਣ ਜਿੱਤ ਕੇ ਆਈ ਸੀ ਉਹਨੂੰ ਕਹਿੰਦੇ ਕਥਿਤ ਤੌਰ ਤੇ ਥੱਪੜ ਮਾਰਤਾ ਪਰ ਅਸਲ ਗੱਲ ਤੁਹਾਨੂੰ ਪਤਾ ਲੱਗੀ ਪਤਾ ਇਹ ਲੱਗਾ ਜੋ ਅੰਦਰਲੀ ਗੱਲ ਨਿਕਲ ਕੇ ਬਾਹਰ ਆ ਰਹੀ ਆ ਹਾਲਾਂਕਿ ਹੁਣ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਉਹ ਪਤਾ ਕਰੂਗੀ ਕਿ ਇਹਦੇ ਵਿੱਚ ਅਸਲੀ ਗੱਲ ਕੀ ਹੋਈ ਆ ਪਰ ਤੁਸੀਂ ਇੱਕ ਗੱਲ ਦੇਖੋ ਜਿਹੜੀ ਗੱਲ ਹੁਣ ਨਿਕਲ ਕੇ ਆਈ ਆ ਉਹਦੇ ਵਿੱਚ ਇਹ ਪਤਾ ਲੱਗਾ ਕਿ ਕੰਗਨਾ ਰਣੌਤ ਨੂੰ ਇਸ ਕੁਲਵਿੰਦਰ ਕੌਰ ਨੇ ਇਹ ਕਿਹਾ ਕਿ ਉਹ ਆਪਣਾ ਪਰਸ ਚੈੱਕ ਕਰਵਾ ਦੇ ਪਰ ਕੰਗਨਾ ਰਣੌਤ ਕਿਉਂਕਿ ਕਮੰਡੀ ਬਹੁਤ ਆ ਉਹਨੂੰ ਆਪਣੇ ਆਪ ਤੇ ਇੰਨਾ ਕ ਮਾਣ ਆ ਕਿ ਮੈਂ ਪਹਿਲਾਂ ਤਾਂ ਇੱਕ ਫਿਲਮ ਐਕਟਰਸ ਆ ਉਸ ਤੋਂ ਬਾਅਦ ਮੈਂ ਹੁਣ ਮੰਡੀ ਤੋਂ ਐਮਪੀ ਵੀ ਬਣ ਗਈ ਆ ਭਾਰਤੀ ਜਨਤਾ ਪਾਰਟੀ ਦੀ ਮੈਂ ਉਮੀਦਵਾਰ ਆ ਉਹਨਾਂ ਦੀ ਮੈਂ ਐਮਪੀ ਬਣ ਗਈ ਆ ਕੱਲ ਨੂੰ ਮੈਨੂੰ ਮੰਤਰੀ ਵੀ ਬਣਾਇਆ ਜਾ ਸਕਦਾ ਤੇ ਮੈਂ ਭਾਰਤ ਦੇ ਨਰਿੰਦਰ ਮੋਦੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੜੀ ਕਰੀਬੀ ਆ ਤੇ ਫੇਰ ਮੇਰਾ ਕੋਈ ਪਰਸ ਚੈੱਕ ਕਰ ਸਕਦਾ ਹੁਣ ਤੁਸੀਂ ਦੇਖੋ ਹੋਇਆ ਕਿ ਜਦੋਂ ਦੋਵਾਰੀ ਕੁਲਵਿੰਦਰ ਕੌਰ ਨੇ ਰਿਕਵੈਸਟ ਕੀਤੀ ਜਿਹਦੀ ਉੱਥੇ ਡਿਊਟੀ ਲੱਗੀ ਹੋਈ ਸੀ ਤੀਸਰੀ ਵਾਰੀ ਕੰਗਨਾ ਰਣੌਤ ਕਹਿੰਦੇ ਉਹਦੀ ਨੇਮ ਪਲੇਟ ਵੱਲ ਦੇਖਦੀ ਆ ਕੁਲਵਿੰਦਰ ਕੌਰ ਦੀ ਤੇ ਕਹਿਣਾ ਸ਼ੁਰੂ ਕਰ ਦਿੰਦੀ ਆ ਛਾ ਤੇਰਾ ਨਾਮ ਤਾਂ ਕੁਲਵਿੰਦਰ ਕੌਰ ਆ ਤੁਸੀਂ ਤਾਂ ਖਾਲਸਤਾਨੀ ਹੋ ਔਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਇਹ ਪੂਰੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਿਨਾਂ ਦੇ ਵਿੱਚ ਵੀ ਬਣਾਇਆ ਸੀ ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਕਿਸਾਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਲ 2020-21 ਦੇ ਵਿੱਚ ਵੀ ਅੰਦੋਲਨ ਕੀਤਾ ਸੀ ਇਸੇ ਤਰ੍ਹਾਂ ਦੀਆਂ ਗੱਲਾਂ ਤਾਂ ਇਹਨਾਂ ਨੂੰ ਕਹਿੰਦੇ ਸੀ ਤੁਸੀਂ ਖਾਲਸਤਾਨੀ ਹੋ ਵੱਖਵਾਦੀ ਹੋ ਦੇਸ਼த்ਰੋਹੀ ਹੋ ਇਸ ਗੱਲ ਨੂੰ ਉਸ ਕਾਂਸਟੇਬਲ ਨੇ ਜਿਹੜੀ 15 ਸਾਲ ਤੋਂ ਨੌਕਰੀ ਕਰ ਰਹੀ ਹੈ ਜਿਹਦਾ ਪਤੀ ਵੀ ਨੌਕਰੀ ਕਰ ਰਿਆ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਕੋਈ ਵਿਅਕਤੀ ਉਹਦੇ ਤੇ ਐਡਾ ਵੱਡਾ ਇਲਜ਼ਾਮ ਲਾਏ ਤੇ ਉਸ ਨੇ ਕਥਿਤ ਤੌਰ ਤੇ ਥੱਪੜ ਮਾਰਿਆ ਹਾਲਾਂਕਿ ਉਹਨੂੰ ਥੱਪੜ ਜਦੋਂ ਤੁਸੀਂ ਯੂਨੀਫਾਰਮ ਦੇ ਵਿੱਚੋਂ ਤੁਹਾਨੂੰ ਵੱਧ ਡਿਸਿਪਲਿੰਡਡ ਰਹਿਣ ਦੀ ਲੋੜ ਆ ਤੁਹਾਨੂੰ ਵੱਧ ਅਨੁਸ਼ਾਸਨਿਕ ਰਹਿਣ ਦੀ ਲੋੜ ਆ ਪਰ ਇਸ ਦੇ ਬਾਵਜੂਦ ਆਪਾਂ ਸਾਰੇ ਹਿਊਮਨ ਬੀਿੰਗ ਆ ਔਰ ਉਸ ਤੋਂ ਬਾਅਦ ਉਹ ਥੱਪੜ ਵੱਜਿਆ ਜਾਂ ਨਹੀਂ ਵੱਜਿਆ ਇਹ ਤਾਂ ਤਹਿਕੀਕਾਤ ਦੇ ਵਿੱਚ ਆਊਗਾ ਪਰ ਜਿਸ ਤਰ੍ਹਾਂ ਦੇ ਇਲਜ਼ਾਮ ਕੰਗਨਾ ਨਰਨੌਤ ਲਾ ਰਹੀ ਆ ਉਸ ਤੋਂ ਬਾਅਦ ਵੀ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਹਿਲਾਂ ਤਾਂ ਪੂਰੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕਹਤਾ ਕਹਿੰਦੇ ਇਹ ਤਾਂ ਖਾਲਿਸਤਾਨੀ ਵਸਦੇ ਆ ਔਰ ਉਹਨਾਂ ਦਿਨਾਂ ਦੇ ਵਿੱਚ ਵੀ ਦੇਖ ਲਓ ਜਦੋਂ ਕਹਿੰਦੇ ਸੀ 100-100 ਰੁਪਏ ਦੇ ਵਿੱਚ ਔਰਤਾਂ ਨੂੰ ਇੱਥੇ ਇਕੱਠਾ ਕੀਤਾ ਜਾਂਦਾ ਕੀ ਇਹ ਗੱਲਾਂ ਕੋਈ ਚਾਹੇ ਐਮਪੀ ਬਣ ਜੇ ਚਾਹੇ ਕੋਈ ਵਧੀਆ ਫਿਲਮ ਐਕਟਰਸ ਕਿਉਂ ਨਾ ਹੋਵੇ ਉਹਨਾਂ ਨੂੰ ਸ਼ੋਭਾ ਦਿੰਦੀ ਹੈ ਇਸ ਤਰ੍ਹਾਂ ਦੀਆਂ ਗ ਜੇ ਤੁਸੀਂ ਦੂਸਰਿਆਂ ਤੋਂ ਤਵੱਕੋ ਕਰਦੇ ਹੋ ਕਿ ਉਹ ਤੁਹਾਡੇ ਦੇ ਖਿਲਾਫ ਕਿਸੇ ਤਰ੍ਹਾਂ ਕੋਈ ਫਿਜ਼ੀਕਲ ਨਾ ਹੋਣ ਤੁਹਾਨੂੰ ਥੱਪੜ ਨਾ ਮਾਰਨ ਜਾਂ ਕੋਈ ਗਾਲੀ ਗਲੋਚ ਨਾ ਕਰਨ ਕੋਈ ਗਾਲਾਂ ਨਾ ਕੱਢਣ ਤੇ ਤੁਹਾਡਾ ਜਿਹੜਾ ਆਪਣਾ ਬਿਹੇਵੀਅਰ ਆ ਲੋਕਾਂ ਦੇ ਨਾਲ ਕਿ ਉਹਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਤੁਹਾਨੂੰ ਵਧੀਆ ਬਿਹੇਵੀਅਰ ਰੱਖਣਾ ਚਾਹੀਦਾ ਆਪਣੀ ਸ਼ਬਦਾਵਲੀ ਵਧੀਆ ਰੱਖਣੀ ਚਾਹੀਦੀ ਆਖਰਕਾਰ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਲੋਕਾਂ ਨੇ ਤੁਹਾਨੂੰ ਸਿਖਣਾ ਤੇ ਪਾਰਲੀਮੈਂਟ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰੋਗੇ ਵੈਸੇ ਕਈ ਲੋਕ ਤਾਂ ਇਸ ਤਰ੍ਹਾਂ ਕਹਿੰਦੇ ਆ ਕਿ ਸਮ੍ਰਿਤੀ ਇਰਾਨੀ ਜਿਹੜੀ ਬਹੁਤ ਐਗਰੈਸਿਵ ਹੋ ਕੇ ਬੋਲਦੀ ਸੀ ਉਹਦੀ ਸ਼ਬਦਾਵਲੀ ਦੇ ਵਿੱਚ ਵੀ ਬਹੁਤ ਫਰਕ ਆ ਗਿਆ ਸੀ ਕਹਿੰਦੇ ਹੁਣ ਉਹਨੂੰ ਤਾਂ ਲਿਆ ਨਹੀਂ ਉਹ ਤਾਂ ਹਾਰ ਗਈ ਮਿੱਠੀ ਤੋਂ ਹੁਣ ਉਸ ਦੀ ਜਗ੍ਹਾ ਤੇ ਕੰਗਨਾ ਰਣੌਤ ਆ ਗਈ ਉਹਦੀ ਹੁਣ ਯੂਸਫੁਲਨੈਸ ਖਤਮ ਹੋ ਗਈ ਸੀ ਕਹਿੰਦੇ ਕੰਗਨਾ ਰਣੌਤ ਭਾਰਤੀ ਜਨਤਾ ਪਾਰਟੀ ਨੂੰ ਮਿਲ ਗਈ ਆ ਉਹ ਸਮ੍ਰਿਤੀ ਇਰਾਨੀ ਦਾ ਉੱਥੇ ਜਾ ਕੇ ਹੁਣ ਇੱਕ ਤਰ੍ਹਾਂ ਦੀ ਰਿਪਲੇਸਮੈਂਟ ਕਰੂਗੀ ਕਰੂਗੀ ਨਹੀਂ ਕਰੂਗੀ ਤੇ ਪਰ ਇੱਕ ਗੱਲ ਆ ਕਿ ਹੁਣ ਰਵਨੀਤ ਸਿੰਘ ਬਿੱਟੂ ਇਸ ਕੁਲਵਿੰਦਰ ਕੌਰ ਲਈ ਖੜਨਗੇ ਕਿ ਇਸ ਗੱਲ ਦਾ ਪਤਾ ਲਗਾਇਆ ਜਾਊਗਾ ਕਿ ਉਹ ਆਪਣੀ ਕੁਲੀਗ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਆ ਗਵਾਂਡੀ ਸੂਬੇ ਤੋਂ ਜਿੱਤ ਕੇ ਆਈ ਆ ਉਹਨੂੰ ਕਹਿਣਗੇ ਕਿ ਤੂੰ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਫਾਰਮਰਸ ਲਈ ਇੱਥੋਂ ਦੇ ਲੋਕਾਂ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਾ ਕਰਿਆ ਕਰ ਇਹ ਸਾਰੇ ਲੋਕ ਜਿਹੜੇ ਵੱਖਵਾਦੀ ਨਹੀਂ ਆ ਇਹ ਸਾਰੇ ਇਥੋਂ ਦੇ ਲੋਕ ਦੇਸ਼ ਧਰੋਈ ਨਹੀਂ ਆ ਇਥੋਂ ਦੇ ਲੋਕ ਸਾਰੇ ਖਾਲਸਤਾਨੀ ਨਹੀਂ ਆ ਜਿਨ੍ਹਾਂ ਨੂੰ ਬਿਲਕੁਲ ਕੌਰ ਤੇ ਸਿੰਘ ਦੇ ਨਾਲ ਤੁਸੀਂ ਪਛਾਣ ਦਿਓ ਕੀ ਇਹ ਗੱਲ ਰਵਨੀਤ ਬਿੱਟੂ ਕਰਨਗੇ ਅਗਲੀ ਗੱਲ ਤੇ ਵੀ ਮੈਂ ਆਉਣਾ ਏਹੀ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਆ ਕਿ ਠੀਕ ਹੈ ਜੀ ਇਹਨੂੰ ਅਸੀਂ ਮੰਤਰੀ ਬਣਾਵਾਂਗੇ ਵੈਸੇ ਰਵਨੀਤ ਸਿੰਘ ਬਿੱਟੂ ਦੀ ਇੱਕ ਹੋਰ ਵੀ ਮੈਨੂੰ ਗੱਲ ਯਾਦ ਆਉਂਦੀ ਆ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ ਕਹਿੰਦੇ ਜਰਨੈਲ ਸਿੰਘ ਭਿੰਡਰਾਲੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਲੜਾਈ ਲੜੀ ਆ ਉਹ ਤਾਂ ਪੰਜਾਬ ਦੇ ਹਿੱਤਾਂ ਲਈ ਖੜੇ ਆ ਤੇ ਫਿਰ ਭਾਰਤੀ ਜਨਤਾ ਪਾਰਟੀ ਵੀ ਦੱਸ ਦੇ ਕਿ ਵਾਕਿਆ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਆ ਇਸ ਗੱਲ ਉੱਤੇ ਇਸ ਤੇ ਪਾਰਟੀ ਦੇ ਨਾਲ ਕਿੰਨੇ ਕਿ ਡਿਫਰੈਂਸਸ ਨੇ ਇਸ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਹਿਣ ਦਾ ਭਾਵਾ ਕਿਸੇ ਵਕਤ ਤੁਸੀਂ ਕਿਸੇ ਭਾਈਚਾਰੇ ਦੀ ਵੋਟਾਂ ਲੈਣ ਲਈ ਜਾਂ ਉਹਨਾਂ ਦਾ ਸਮਰਥਨ ਲੈਣ ਲਈ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਦੇ ਆਪਣੀ ਪਾਰਟੀ ਦਾ ਵੀ ਪੁੱਛ ਲਿਆ ਕਰੋ ਕਿ ਉਹ ਕੀ ਕਹਿਣਾ ਚਾਹੁੰਦੇ ਆ ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਤਰ੍ਹਾਂ ਦੀ ਆ ਖੈਰ ਹੁਣ ਬੜੇ ਖੁਸ਼ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਇਸ ਤੋਂ ਇਲਾਵਾ ਜਿਹੜੀਆਂ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦਿੱਤੀਆਂ ਦੋ ਹੋਰ ਮੰਤਰੀ ਵੀ ਬਣੇ ਸੀ ਪੰਜਾਬ ਤੋਂ ਵਿਜੇ ਕੁਮਾਰ ਸੰਪਲਾ ਜਿਹੜੇ ਹੁਸ਼ਿਆਰਪੁਰ ਤੋਂ ਜਿੱਤੇ ਸੀ ਉਹ ਵੀ ਕੈਬਨਿਟ ਦੇ ਵਿੱਚ ਰਹੇ ਆ ਜਿਸ ਤਰ੍ਹਾਂ ਉਹਨਾਂ ਨੂੰ ਐਸਸੀ ਕਮਿਸ਼ਨ ਦਾ ਚੇਅਰਪਰਸਨ ਬਣਾਇਆ ਗਿਆ ਚੇਅਰਮੈਨ ਬਣਾਇਆ ਗਿਆ ਇਸ ਤੋਂ ਇਲਾਵਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਉਹ ਵੀ ਤਾਂ ਮੰਤਰੀ ਰਹੇ ਆ ਇਹਨਾਂ ਦੋਨਾਂ ਨੇ ਦੱਸੋ ਕੀ ਕਰ ਲਿਆ ਪੰਜਾਬ ਲਈ ਵਿਜੇ ਕੁਮਾਰ ਸੰਪਲਾ ਨੇ ਤੇ ਸੋਮ ਪ੍ਰਕਾਸ਼ ਨੇ ਪੰਜਾਬ ਲਈ ਕੀ ਕੁਛ ਕੀਤਾ ਜਦੋਂ ਉਹ ਮੰਤਰੀ ਰਹੇ ਆ ਔਰ ਦੂਸਰੀ ਗੱਲ ਤੁਸੀਂ ਦੇਖੋ ਆ ਸੋਮ ਪ੍ਰਕਾਸ਼ ਜਿਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ ਇਹ ਉਹੀ ਮੰਤਰੀ ਆ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਤੇ ਇਹ ਵੀ ਗੱਲਬਾਤ ਦੇ ਵਿੱਚ ਆਉਂਦੇ ਹੁੰਦੇ ਸੀ ਤੇ ਹੁਣ ਹੁਸ਼ਿਆਰਪੁਰ ਤੋਂ ਆਪਣੀ ਪਤਨੀ ਨੂੰ ਆਪਣੀ ਘਰ ਵਾਲੀ ਨੂੰ ਨਹੀਂ ਦਿਤਾ ਸਕੇ ਅਨੀਤਾ ਸੋਮ ਪ੍ਰਕਾਸ਼ ਦੀ ਮੈਂ ਗੱਲ ਕਰ ਰਿਹਾ ਉਸ ਨੂੰ ਹੁਸ਼ਿਆਰਪੁਰ ਤੋਂ ਇਹ ਇਲੈਕਸ਼ਨ ਨਹੀਂ ਜਿਤਾ ਸਕੀ ਤੇ ਜੇ ਤੁਹਾਨੂੰ ਲੱਗਦਾ ਪਹਿਲਾ ਅਰੁਣ ਜੇਤਲੀ ਉਸ ਤੋਂ ਬਾਅਦ ਹਰਦੀਪ ਸਿੰਘ ਪੂਰੀ ਉਸ ਤੋਂ ਬਾਅਦ ਵਿਜੇ ਕੁਮਾਰ ਸੰਪਲਾ ਉਸ ਤੋਂ ਬਾਅਦ ਸੋਮ ਪ੍ਰਕਾਸ਼ ਚਾਰ-ਚਾਰ ਮੰਤਰੀ ਰਹਿ ਕੇ ਇੱਥੋਂ ਦੇ ਜੇ ਇਹ ਨਹੀਂ ਕੁਝ ਪੰਜਾਬ ਲਈ ਕਰ ਸਕੇ ਤੇ ਹੁਣ ਰਵਨੀਤ ਸਿੰਘ ਬਿੱਟੂ ਕੀ ਕਰਨਗੇ ਪਰ ਸਾਨੂੰ ਇਹਨਾਂ ਤੋਂ ਉਮੀਦਾਂ ਬਹੁਤ ਆ ਚੰਗੀ ਗੱਲ ਆ ਜੇ ਪੰਜਾਬ ਲਈ ਕੁਝ ਕਰ ਸਕਣ ਫਿਰ ਲੋਕ ਇਹਨਾਂ ਬਾਰੇ ਜ਼ਰੂਰ ਸੋਚ ਸਕਦੇ ਆ ਪਰ ਜੇ ਇਸੇ ਤਰ੍ਹਾਂ ਦਾ ਰਵਈਆ ਇਹਨਾਂ ਦਾ ਹੁਣ ਤੱਕ ਰਿਹਾ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਹਨਾਂ ਨੇ ਕਿਸਾਨਾਂ ਦੇ ਖਿਲਾਫ ਵਰਤੀ ਸੀ ਖੁਦ ਵੀ ਵਰਤੀ ਹੈ ਇਹਨਾਂ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਦੀਆਂ ਗੱਲਾਂ ਨੂੰ ਕੋਈ ਬਹੁਤ ਜ਼ਿਆਦਾ ਪਸੰਦ ਨਹੀਂ ਕੀਤਾ ਖੈਰ ਹੁਣ ਦੇਖਦੇ ਹਾਂ ਕਿ ਕੀ ਇਹ ਪੰਜਾਬ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕਰਨਗੇ ਵੈਸੇ ਇੱਕ ਗੱਲ ਹੋਰ ਵੀ ਰਵਨੀਤ ਸਿੰਘ ਬਿੱਟੂ ਦੀ ਮੈਨੂੰ ਯਾਦ ਆ ਗਈ ਆ ਇਹਨਾਂ ਦਿਨਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਚੋਣ ਜਿੱਤੀ ਆ ਉਹਨਾਂ ਦੇ ਸੁਭਾਅ ਦਾ ਵੀ ਨਹੀਂ ਪਤਾ ਲੱਗ ਰਿਹਾ ਕਾਂਗਰਸ 'ਚ ਦੇਖਿਆ ਜਾਵੇ ਤੇ ਕਾਂਗਰਸ ਜਿਸ ਤਰ੍ਹਾਂ ਸੋਚ ਰਹੀ ਹੈ ਕਿ ਇਹਨਾਂ ਨੇ ਬੜੀ ਮੱਲ ਮਾਰ ਲਈ ਆ ਕਈ ਇਸ ਤਰ੍ਹਾਂ ਦੀਆਂ ਸੀਟਾਂ ਸੀ ਜਿਹੜੀ ਕਾਂਗਰਸ ਜਿੱਤ ਸਕਦੀ ਸੀ ਪਰ ਆਪਸੀ ਫੁੱਟ ਕਰਕੇ ਉਹ ਕਾਂਗਰਸ ਪੰਜਾਬ ਦੀਆਂ ਸੀਟਾਂ ਜਿੱਤ ਨਹੀਂ ਸਕੀ ਪਰ ਮੈਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਸੁਣਾਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜਕੱਲ੍ਹ ਇੱਕੋ ਦਮ ਰਵਨੀਤ ਸਿੰਘ ਬਿੱਟੂ ਦਾ ਬੜਾ ਮਾਨ ਸਤਕਾਰ ਆਉਣ ਲੱਗ ਪਿਆ ਕਿਸੇ ਟਾਈਮ ਤੇ ਉਹ ਚੋਣਾ ਚੱਲ ਰਹੀਆਂ ਸੀ ਚੋਣਾ ਦੇ ਵਿੱਚ ਇਹ ਕਹਿੰਦੇ ਸੀ ਜਿਹੜੀ ਸਾਡੀ ਲੜਾਈ ਹੈ ਇਹ ਵਫਾਦਾਰੀ ਜਾਂ ਗੱਦਾਰੀ ਦੇ ਖਿਲਾਫ ਹੈ ਯਾਨੀ ਕਿ ਰਵਨੀਤ ਸਿੰਘ ਬਿੱਟੂ ਨੂੰ ਇਹ ਗੱਦਾਰ ਕਹਿ ਰਹੇ ਸੀ ਕਿ ਇਹ ਤਾਂ ਗੱਦਾਰ ਆ ਸਾਡੀ ਪਾਰਟੀ ਛੱਡ ਗਏ ਇਹ ਤਾਂ ਸਾਡੀ ਪਾਰਟੀ ਦੇ ਵਿੱਚ ਸੀ ਹੁਣ ਕਹਿੰਦੇ ਆ ਇਹੀ ਅਮਰਿੰਦਰ ਸਿੰਘ ਰਾਜਾ ਬਣੇਗੇ ਕਹਿੰਦੇ ਰਵਨੀਤ ਸਿੰਘ ਬਿੱਟੂ ਬੜੇ ਸਤਕਾਰਯੋਗ ਆ ਅਸੀਂ ਇਹਨਾਂ ਦੀ ਕੋਆਪਰੇਸ਼ਨ ਲੈਣੀ ਆ ਮੈਨੂੰ ਇਹਨਾਂ ਦਾ ਸਾਥ ਚਾਹੀਦਾ ਲੁਧਿਆਣੇ ਦੀ ਡਿਵੈਲਪਮੈਂਟ ਕਰ ਲਈ ਪਹਿਲਾ ਤਾਂ ਅਮਰਿੰਦਰ ਸਿੰਘ ਰਾਜਾ ਵੜੰਗ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇੱਕ ਦੂਸਰੇ ਦੇ ਖਿਲਾਫ ਡਾਂਗਾ ਕੱਢ ਲਓ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਹਮੇਸ਼ਾ ਇੱਕ ਦੂਸਰੇ ਦੇ ਖਿਲਾਫ ਬੋਲਦੇ ਰਹੋ ਪਰ ਘੱਟੋ-ਘੱਟ ਆਪਣੀਆਂ ਗੱਲਾਂ ਤੇ ਤਾਂ ਖੜੋ ਅੱਜ ਉਹੀ ਜਿਹੜਾ ਗਰਦਾਰ ਸੀ ਉਹਦੀ ਤੁਹਾਨੂੰ ਵਫਾਦਾਰੀ ਵੀ ਨਜ਼ਰ ਆਉਣ ਲੱਗੀ ਉਸ ਦਾ ਤੁਹਾਨੂੰ ਪਿਆਰ ਵੀ ਆਉਣ ਲੱਗ ਗਿਆ ਤੇ ਸਤਿਕਾਰ ਵੀ ਆਉਣ ਲੱਗ ਗਿਆ ਤੇ ਘੱਟੋ-ਘੱਟ ਲੋਕਾਂ ਨੂੰ ਤਾਂ ਨਾ ਇੰਨਾ ਬੇਫਕੂਫ ਬਣਾਓ ਲੋਕਾਂ ਨੂੰ ਤੁਸੀਂ ਆਪਸ ਦੇ ਵਿੱਚ ਲੜਾ ਦਿੰਦੇ ਹੋ ਇੱਕ ਦੂਸਰੇ ਖਿਲਾਫ ਟਿੱਪਣੀਆਂ ਕਰਦੇ ਹੋ ਜਿਸ ਤਰ੍ਹਾਂ ਕੋਈ ਚੋਣ ਜਿੱਤਦਾ ਜਾਂ ਖਤਮ ਹੁੰਦੀਆਂ ਨੇ ਤੁਸੀਂ ਆਪਸ ਦੇ ਵਿੱਚ ਜੱਫੀਆਂ ਪਾ ਲੈਣੇ ਆਪਸ ਦੇ ਵਿੱਚ ਇੱਕ ਮਿਕ ਹੋ ਜਾਣੇ ਤੇ ਲੋਕ ਵਿਚਾਰੇ ਕਿੱਧਰ ਜਾਣ ਤੁਸੀਂ ਲੋਕਾਂ ਨੂੰ ਪਰਮਾਉਂਦੇ ਹੋ ਵੈਸੇ ਚੰਗੀ ਗੱਲ ਆ ਤੁਹਾਡੇ ਖਿਲਾਫ ਹੁਣ ਇਹ ਮਤਾ ਆ ਰਿਹਾ ਕਿ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਓ ਕਿਉਂਕਿ ਇਹਨਾਂ ਦਾ ਧਿਆਨ ਲੋਕ ਸਭਾ ਬਨ ਹੋਣਾ ਚਾਹੀਦਾ ਜਾਂ ਸੈਂਟਰ ਦੀ ਕੀ ਰਾਜਨੀਤੀ ਆ ਉੱਥੇ ਹੋਣਾ ਚਾਹੀਦਾ ਤੇ ਪੰਜਾਬ ਦੀ ਜਿਹੜੀ ਬਾਗਡੋਰਾ ਉਹ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਦੋ ਜਿਹੜਾ ਪੰਜਾਬ ਦੇ ਵਿੱਚ ਰਾਜਨੀਤੀ ਕਰਨਾ ਚਾਹੁੰਦਾ ਹੋਵੇ ਪੰਜਾਬ ਦੇ ਵਿੱਚ ਐਮਐਲਏ ਬਣੇ ਤੇ ਐਮਐਲਏ ਬਣ ਕੇ ਬਾਕੀ ਵੀ ਪਾਰਟੀ ਦੇ ਲੋਕਾਂ ਨੂੰ ਲੜਾਵੇ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਅਮਰਿੰਦਰ ਸਿੰਘ ਰਾਜਾ ਵਣਿੰਗ ਦੀ ਇੱਥੇ ਕਾਫੀ ਵੱਡੀ ਕਮਜ਼ੋਰੀ ਰਹੀ ਆ ਸੰਗਠਨ ਨੂੰ ਪੰਜਾਬ ਦੇ ਵਿੱਚ ਉਹ ਮਜ਼ਬੂਤ ਨਹੀਂ ਕਰ ਸਕੇ ਹੁਣ ਤੁਸੀਂ ਦੇਖੋ ਡਾਕਟਰ ਧਰਮਵੀਰ ਗਾਂਧੀ ਤੋਂ ਸ਼ੁਰੂਆਤ ਕਰਦੇ ਆ ਡਾਕਟਰ ਧਰਮਵੀਰ ਗਾਂਧੀ ਨੂੰ ਉੱਥੇ ਲਾਲ ਸਿੰਘ ਤੇ ਵੀ ਉੱਥੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਜਿਹੜੇ ਪੁਰਾਣੇ ਸੀਨੀਅਰ ਲੀਡਰ ਆ ਕਿ ਉਹਨਾਂ ਨੇ ਇਤੋਂ ਤੱਕ ਲੋਕਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਡਾਕਟਰ ਧਰਮਵੀਰ ਗਾਂਧੀ ਨੂੰ ਨਾ ਜਿੱਤਣ ਦਿਓ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਦਿਓ ਇਸ ਤਰ੍ਹਾਂ ਦੀ ਵੀ ਗੱਲ ਆਈ ਹੈ ਹੋਰ ਵੀ ਇਹ ਗੱਲਾਂ ਆਈਆਂ ਨੇ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਹਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਾਂਗਰਸ ਵੱਲੋਂ ਇਹ ਤਾਂ ਲੋਕਾਂ ਨੇ ਜਿਤਾਤਾ ਇਸੇ ਤਰ੍ਹਾਂ ਦੀਆਂ ਗੱਲਾਂ ਨਾਲ ਦੀ ਕੌਨਸਟਿਟੂਐਂਸੀ ਸੰਗਰੂਰ ਤੋਂ ਵੀ ਆਈਆਂ ਉੱਥੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਮਦਦ ਤੇ ਕੋਈ ਨਹੀਂ ਆਇਆ ਕਿਸੇ ਨੇ ਆ ਕੇ ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਨਹੀਂ ਕੀਤੀਆਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਨਹੀਂ ਐਸੇ ਕਰਕੇ ਜਿੰਨੀ ਚੋਣ ਲੜੀਆਂ ਜਾਂ ਜਿੰਨੀਆਂ ਵੋਟਾਂ ਉਹਨਾਂ ਨੇ ਲਈਆਂ ਨੇ ਕੇਵਲ ਆਪਣੇ ਬਲਬੂਤੇ ਤੇ ਉਹ ਵੋਟਾਂ ਲਈਆਂ ਨੇ ਜਿੱਤ ਤਾਂ ਹੋ ਸਕੇ ਨਹੀਂ ਇਸੇ ਤਰ੍ਹਾਂ ਉਹ ਕੌਣ ਵਿਅਕਤੀ ਸੀ ਜਿਨ੍ਹਾਂ ਨੇ ਅਮਰਜੀਤ ਸਿੰਘ ਸਾਹੋਕੇ ਫਰੀਦਕੋੜ ਤੋਂ ਉਹਨਾਂ ਦਾ ਨਾਂ ਸੁਝਾ ਦਿੱਤਾ ਜਾਂ ਉਹਨਾਂ ਨੂੰ ਉੱਥੋਂ ਉਮੀਦਵਾਰ ਡਿਕਲੇਅਰ ਕਰਵਾਇਆ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਲੇ ਛੱਡਤਾ ਇਕੱਲੇ ਅਮਰਜੀਤ ਕੌਰ ਸਾਹੋਕੇ ਨੂੰ ਨਹੀਂ ਇਕੱਲੇ ਛੱਡਿਆ ਸੀ ਤੁਸੀਂ ਯਾਮਨੀ ਗੋਮਰ ਦੀ ਵੀ ਗੱਲ ਕਰ ਲੋ ਉਹ ਕਿਸੇ ਟਾਈਮ ਆਮ ਆਦਮੀ ਪਾਰਟੀ 'ਚ ਸੀ ਬਿਲਕੁਲ ਘਰੇ ਬੈਠੇ ਸੀ ਚੁੱਪ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਛੱਡ ਚੁੱਕੀ ਸੀ ਪਰ ਇਨ੍ਹਾਂ ਵਿਅਕਤੀਆਂ ਨੇ ਉਹਨੂੰ ਵੀ ਟਿਕਟ ਦਿੱਤੀ ਹੁਸ਼ਾਰਪੁਰ ਤੋਂ ਬਰਪਾਹ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਖੜੇ ਨਹੀਂ ਹੋਏ ਉਹਦੀ ਕੈਂਪੇਨ ਕਦੇ ਉਠ ਹੀ ਨਹੀਂ ਸਕੀ ਕਿਉਂਕਿ ਉਹਦੇ ਵਿੱਚ ਵੀ ਕਾਂਗਰਸ ਨੇ ਆਪਣਾ ਸਹੀ ਢੰਗ ਜਾਂ ਜਿਹੜਾ ਸਹੀ ਰੋਲ ਸੀ ਉਹਦੇ ਵਿੱਚ ਨਿਭਾਇਆ ਨਹੀਂ ਉਹਨਾਂ ਦੀ ਮਦਦ ਨਹੀਂ ਕੀਤੀ ਇਸ ਕਰਕੇ ਵੀ ਉਹ ਹਾਰ ਗਏ ਮੈਨੂੰ ਤਾਂ ਇਥੋਂ ਕੋਈ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਦਲਾ ਜਿੱਤੇ ਤਾਂ ਜ਼ਰੂਰ ਆ ਪਰ ਉਥੇ ਤਕਰੀਬਨ ਤਕਰੀਬਨ ਇੱਕ ਦੋ ਵਿਅਕਤੀਆਂ ਨੂੰ ਛੱਡ ਕੇ ਸਾਰਿਆਂ ਨੇ ਉਹਨਾਂ ਦੀ ਮੁਖਾਲਫਤ ਕੀਤੀ ਇਸ ਦੇ ਬਾਵਜੂਦ ਵੀ ਉਹ ਜਿੱਤ ਗਏ ਇਹ ਹਾਲਾਤ ਮੰਨਦੇ ਨੇ ਤੇ ਈਵਨ ਵਿਜੇਂਦਰ ਸਿੰਘਲਾ ਅਨੰਦਪੁਰ ਸਾਹਿਬ ਦੇ ਵਿੱਚ ਉਥੋਂ ਵੀ ਇਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਉਥੇ ਵੀ ਕਾਂਗਰਸ ਦੇ ਜਿਹੜੇ ਬਾਕੀ ਲੀਡਰ ਆ ਉਹ ਗਏ ਨਹੀਂ ਤੇ ਕੀ ਕੇਵਲ ਇਸੇ ਕਰਕੇ ਇਹ ਸਾਰਾ ਕੁਝ ਕੀਤਾ ਗਿਆ ਕਿ ਚਲੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣੇ ਦੇ ਵਿੱਚ ਉਲਝਾ ਦਿਓ ਇਹ ਬਾਕੀ ਕੌਨਸਟਿਟੂਐਂਸੀਜ਼ ਦੇ ਵਿੱਚ ਜਾ ਹੀ ਨਾ ਸਕੇ ਇਹਨੂੰ ਤਾਂ ਇੱਥੇ ਫਸਾ ਦਿਓ ਤੇ ਘੱਟ ਤੋਂ ਘੱਟ ਸੀਟਾਂ ਇੱਥੇ ਜਿਤਾਓ ਤਾਂ ਕਿ ਕੋਈ ਹੋਰ ਵਿਅਕਤੀ ਇਸ ਦਾ ਲਾਹਾ ਲੈ ਸਕੇ ਘੱਟੋ-ਘੱਟ ਪ੍ਰਤਾਪ ਸਿੰਘ ਬਾਦਵੇ ਨੂੰ ਇਸ ਗੱਲ ਦਾ ਲਾਹਾ ਮਿਲ ਜੇ ਕਿ ਦੇਖੋ ਜੀ ਪ੍ਰਧਾਨ ਨੇਤਾ ਕੇਵਲ 7 ਸੀਟਾਂ ਹੀ ਪ੍ਰਾਪਤ ਕੀਤੀਆਂ ਨੇ ਇਹਦੀ ਕਾਰਗੁਜ਼ਾਰੀ ਵਧੀਆ ਹੋ ਸਕਦੀ ਸੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਪ੍ਰਤਾਪ ਸਿੰਘ ਬਾਜਵਾ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਸ ਕਿ ਹੋਏ ਆ ਕੇਵਲ ਤੇ ਕੇਵਲ ਮੁੱਖ ਮੰਤਰੀ ਬਣ ਲਈ ਇਹਨਾਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਬੜਾ ਵੱਡਾ ਰੋੜਾ ਸੀ ਇਹਨਾਂ ਦੀ ਇੱਕ ਤਰ੍ਹਾਂ ਮੁੱਖ ਮੰਤਰੀ ਬਣਨ ਦੇ ਵਿੱਚ ਇਹ ਤਾਂ ਖੈਲ ਬਾਅਦ ਚ ਪਤਾ ਲੱਗੂਗਾ ਕਦੇ ਇਹ ਮੁੱਖ ਮੰਤਰੀ ਬਣਦੇ ਵੀ ਹੈ ਕਿ ਨਹੀਂ ਬਣਦੇ ਪਰ ਇਹਨਾਂ ਕਰਕੇ ਜਿਹੜੀ ਲੜਾਈ ਹੋ ਰਹੀ ਆ ਆਪਸ ਦੇ ਵਿੱਚ ਸਾਰਿਆਂ ਦੀ ਈਵਨ ਕਿ ਤੁਸੀਂ ਬਠਿੰਡੇ ਦੇ ਦੇਖ ਲਓ ਜੀਤਮਿੰਦਰ ਸਿੰਘ ਸਿੱਧੂ ਨੂੰ ਕੌਣ ਲੈ ਕੇ ਆਇਆ ਇਹ ਸਾਰੀਆਂ ਗੱਲਾਂ ਔਰ ਇੱਕ ਗੱਲ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕੀ ਨੈਸ਼ਨਲ ਲੈਵਲ ਤੇ ਵੀ ਕਾਂਗਰਸ ਨੇ ਜਿੱਥੇ ਜਿੱਥੇ ਇਹਨਾਂ ਦੇ ਰਾਜ ਨੇ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਉੱਥੇ ਕੋਈ ਵਧੀਆ ਪਰਫਾਰਮ ਨਹੀਂ ਕੀਤਾ ਹਿਮਾਚਲ ਪ੍ਰਦੇਸ਼ ਗਵਾਂਡੀ ਸੂਬਾ ਸਾਦਾ ਇੱਥੇ ਚਾਰੋਂ ਦੀਆਂ ਚਾਰੋਂ ਸੀਟਾਂ ਹਾਰ ਗਏ ਤੇਲੰਗਾਨਾ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਆ ਉੱਥੇ ਕੇਵਲ ਇਹ 8 ਸੀਟਾਂ 17 ਦੇ ਵਿੱਚੋਂ 8 ਸੀਟਾਂ ਜਿੱਤ ਸਕੇ ਆ ਤੇ 28 ਸੀਟਾਂ ਨੇ ਕਰਨਾਟਕ ਦੇ ਵਿੱਚ ਉੱਥੇ ਕਿੱਡੇ ਵੱਡੇ ਬਹੁਮਤ ਦੇ ਨਾਲ ਇਹਨਾਂ ਨੇ ਕਾਂਗਰਸ ਨੇ ਸਰਕਾਰ ਬਣਾਈ ਸੀ ਉਥੇ ਕੇਵਲ ਤੇ ਕੇਵਲ ਇਹਨਾਂ ਨੂੰ 6 ਸੀਟਾਂ ਆਈਆਂ ਨੇ ਇਹ ਹਾਲਾਤ ਨੇ ਕਾਂਗਰਸ ਨੇ ਨੈਸ਼ਨਲ ਲੈਵਲ ਤੇ ਵੀ ਹਾਂ ਕਈ ਸੂਬਿਆਂ 'ਚ ਇਹਨਾਂ ਨੇ ਵਧੀਆ ਵੀ ਕੀਤਾ ਪਰ ਵਾਪਸ ਪੰਜਾਬ ਤੇ ਆਉਣੇ ਆ ਪੰਜਾਬ ਦੇ ਹਾਲਤ ਜਾਂ ਪੰਜਾਬ ਦੇ ਹਾਲਾਤ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸੁਧਾਰੇਗੇ ਕਾਂਗਰਸ ਵੱਲੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਦਾ ਵੀ ਹਾਲ ਦੂਸਰੀਆਂ ਪਾਰਟੀਆਂ ਵਰਗਾ ਹੋ ਸਕਦਾ ਨਰਿੰਦਰ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਤੀਸਰੀ ਵਾਰੀ ਸੌਂਤ ਚੱਕ ਲਈ ਪਰ ਇਸ ਵਾਰੀ ਉਹਨਾਂ ਦਾ ਜੇ ਤੁਸੀਂ ਮੰਤਰੀ ਮੰਡਲ ਦੇਖੋ ਉਹਨਾਂ ਦੀ ਕੈਬਨਿਟ ਦੇਖੋ ਚਾਹੇ ਉਹਨਾਂ ਦੇ ਕੈਬਨਿਟ ਮੰਤਰੀ ਨੇ ਜਾਂ ਮਿਨਿਸਟਰ ਆਫ ਸਟੇਟ ਨੇ ਇਹ ਸਾਰੇ ਰਲਾ ਕੇ 76 ਬਣ ਜਾਂਦੇ ਨੇ ਜੰਬੋ ਕੈਬਨਿਟ ਆ ਉਹਨਾਂ ਦੀ ਇਹ ਇਸ ਕਰਕੇ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਸਾਥ ਚਾਹੀਦਾ ਸੀ ਰਲ ਮਿਲ ਕੇ ਸਰਕਾਰ ਬਣਾਉਣੀ ਪੈ ਰਹੀ ਹੈ ਵਿਸਾਖੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਨਿਤਿਸ਼ ਕੁਮਾਰ ਦਾ ਚੰਦਰਬਾਬੂ ਨਾਈਡੋ ਜਾਂ ਹੋਰ ਜਿਨ੍ਹਾਂ ਨੇ ਇੱਕ ਇੱਕ ਜਿਨ੍ਹਾਂ ਦਾ ਐਮਪੀ ਆ ਉਹਨਾਂ ਦਾ ਸਾਥ ਲੈਣਾ ਪੈ ਰਿਹਾ ਸਨ 2014 ਦੇ ਵਿੱਚ 46 ਕੇਵਲ ਕੈਬਨਿਟ ਮੰਤਰੀ ਬਣਾਏ ਸੀ ਸਨ 19 ਦੇ ਵਿੱਚ ਯਾਨੀ ਕਿ ਸਨ 2019 ਦੇ ਵਿੱਚ ਕੇਵਲ 57 ਸੀ 57 ਤੇ ਹੁਣ ਇਹ ਤਦਾਦ ਵੜ ਕੇ ਮੈਂ ਜਿਸ ਤਰ੍ਹਾਂ ਦੱਸਿਆ 76 ਹੋ ਗਈ ਆ ਕੀ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਕਿ ਕੀ ਨਰਿੰਦਰ ਮੋਦੀ ਇਹ ਸਰਕਾਰ ਚਲਾ ਪਉਣਗੇ ਨਰਿੰਦਰ ਮੋਦੀ ਜ਼ਰੂਰ ਚਾਹਣਗੇ ਕਿ ਇਹ ਸਰਕਾਰ ਬਣੀ ਰਹੇ ਪੰਜ ਸਾਲ ਚੱਲੇ ਔਰ ਲੋਕ ਵੀ ਚਾਹੁੰਦੇ ਆ ਕਿ ਬਾਰ-ਬਾਰ ਇੱਥੇ ਚੋਣਾਂ ਨਾ ਹੋਣ ਜੇ ਇਹ ਸਰਕਾਰ ਆਪਣੇ ਸੰਵਿਧਾਨਿਕ ਜਿੰਨੀਆਂ ਜ਼ਿੰਮੇਵਾਰੀਆਂ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾ ਲੇ ਲੋਕਾਂ ਤੱਕ ਪਹੁੰਚ ਕਰੇ ਔਰ ਲੋਕਾਂ ਦੇ ਨਾਲ ਵਿਤਕਰਾ ਨਾ ਕਰੇ ਸਾਰਿਆਂ ਨੂੰ ਜੋ ਉਹਨਾਂ ਦਾ ਲਾਭ ਬਣਦਾ ਜਾਂ ਉਹਨਾਂ ਦਾ ਵੈਲਫੇਅਰ ਬਣਦਾ ਉਹਨਾਂ ਨੂੰ ਵੈਲਫੇਅਰ ਦੇਵੇ ਉਹਨਾਂ ਦਾ ਕਲਿਆਣ ਕਰੇ ਉਹਨਾਂ ਦੀ ਉਨਤੀ ਕਰੇ ਤਰੱਕੀ ਕਰੇ ਤੇ ਫਿਰ ਇਸ ਸਰਕਾਰ ਨੂੰ ਜਾਣ ਦੀ ਕੋਈ ਲੋੜ ਨਹੀਂ ਪਰ ਕੌਂਟਰਡਿਕਸ਼ਨਸ ਬਹੁਤ ਨੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਵਿਰੋਧਾਪਾਸ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉੱਭਰਨੇ ਆ ਮੈਂ ਥੋੜਾ ਜਿਹਾ ਤੁਹਾਨੂੰ ਚੰਦਰਬਾਬੂ ਨਾਇਡੂ ਬਾਰੇ ਦੱਸਦਾ ਚੰਦਰਬਾਬੂ ਨਾਇਡੂ ਜਿਹਨਾਂ ਨੂੰ ਪਤਾ ਨਹੀਂ ਤੇਲਗੂ ਦੇਸ਼ਮ ਪਾਰਟੀ ਦੇ ਇਹ ਪ੍ਰਧਾਨ ਨੇ ਸਨ 2018 ਤੱਕ ਇਹ ਨਰਿੰਦਰ ਮੋਦੀ ਦੀ ਐਨਡੀਆ ਦੀ ਸਰਕਾਰ ਨਾਲ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਲੇਕਿਨ ਸਨ 2018 ਦੇ ਵਿੱਚ ਕੀ ਹੋਇਆ ਇਹ ਬੜੀ ਇੱਕ ਹੈਰਾਨ ਕਰਨ ਵਾਲੀ ਗੱਲ ਆ ਮੈਨੂੰ ਯਾਦ ਆ ਕਿਸੇ ਵਕਤ ਇਹਨਾਂ ਨੇ ਨਰਿੰਦਰ ਮੋਦੀ ਨੂੰ ਅਤਵਾਦੀਤਾ ਕਹਤਾ ਸੀ ਤੇ ਨਰਿੰਦਰ ਮੋਦੀ ਨੇ ਇਹਨਾਂ ਨੂੰ ਕਹਤਾ ਸੀ ਚੰਦਰਬਾਬੂ ਨਾਇਡੂ ਨੂੰ ਕਹਿੰਦੇ ਇਹਨਾਂ ਨੇ ਆਪਣੇ ਸਹਰੇ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇੱਥੋਂ ਤੱਕ ਦੀਆਂ ਗੱਲਾਂ ਵੀ ਹੋਈਆਂ ਸੀ ਖੈਰ ਸਨ 2018 ਦੇ ਵਿੱਚ ਅਚਾਨਕ ਚੰਦਰਬਾਬੂ ਨਾਇਡੂ ਛੁੱਟੀਆਂ ਮਨਾਉਣ ਚਲੇ ਜਾਂਦੇ ਨੇ ਯੂਰਪ ਦੇ ਵਿੱਚ ਤੇ ਇਹਨਾਂ ਦੀ ਬਾਅਦ ਦੇ ਵਿੱਚ ਇਹੀ ਭਾਰਤੀ ਜਨਤਾ ਪਾਰਟੀ ਅਮੇਸ਼ਾ ਨੇ ਇਹਨਾਂ ਦੇ ਚਾਰ ਰਾਜ ਸਭਾ ਦੇ ਮੈਂਬਰ ਤੌਰ ਤੇ ਯਾਨੀ ਕਿ ਸਭ ਤੋਂ ਵੱਧ ਜਿਹੜਾ ਇਹਨਾਂ ਦੇ ਕਲੋਜ਼ ਹੁੰਦਾ ਸੀ ਵਾਈਐਸ ਚੌਧਰੀ ਇਹ ਫਾਈਨੈਂਸਰ ਸੀ ਚੰਦਰਬਾਬੂ ਨਾਇਡੂ ਦਾ ਇਹਨੂੰ ਵੀ ਤੋੜਤਾ ਤੇ ਤਿੰਨ ਬੰਦੇ ਹੋਰ ਤੋੜਤੇ ਈਡੀ ਦੀਆਂ ਰੇਡਾਂ ਪਈਆਂ ਇਹਨਾਂ ਦੇ ਤੇ ਇਹ ਚੁੱਪਚਾਪ ਹੀ ਤੇ ਸੀਬੀਆਈ ਦੀਆਂ ਵੀ ਰੇਡਾਂ ਹੋਈਆਂ ਸੀ ਇੱਕ ਇਹ ਵਾਈਸ ਚੌਧਰੀ ਤੇ ਤਿੰਨ ਇਹਨਾਂ ਦੇ ਨਾਲ ਹੋਰ ਇਹ ਜਾ ਕੇ ਰਾਜ ਸਭਾ ਦੇ ਵਿੱਚ ਆਪਣਾ ਪਾਲਾ ਬਦਲ ਲੈਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਜਾਂਦੇ ਨੇ ਕੀ ਇਹ ਗੱਲਾਂ ਚੰਦਰਬਾਬੂ ਨਾਇਡੂ ਭੁੱਲ ਜਾਣਗੇ ਚੰਦਰਬਾਬੂ ਨਾਇਡੂ ਨੂੰ ਮੈਂ ਅੱਗੇ ਵੀ ਦੱਸਿਆ ਸੀ ਤੁਹਾਨੂੰ ਸਨ 2023 ਦੇ ਵਿੱਚ ਸੀਆਈਡੀਸੀ ਹਾਲਾਂਕਿ ਉੱਥੋਂ ਦੀ ਸਰਕਾਰ ਜਗਨਮੂਨ ਰੈਡੀ ਦੀ ਉਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਨੇ ਅਮੇਸ਼ਾ ਤੋਂ ਮਦਦ ਮੰਗੀ ਸੀ ਅਮੇਸ਼ਾ ਨੇ ਉਸ ਵਕਤ ਗ੍ਰਹਿ ਮੰਤਰੀ ਹੁੰਦੇ ਹੋਏ ਇਹਨਾਂ ਦੀ ਮਦਦ ਨਹੀਂ ਸੀ ਕੀਤੀ ਇਹ ਹਾਲਾਤ ਬਣੇ ਸੀ ਉਸ ਤੋਂ ਬਾਅਦ ਵੀ ਖੈਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਇਹ ਗੱਲਾਂ ਚੰਦਰਬਾਬੂ ਨਾਇਡੂ ਭੁੱਲ ਜਾਣਗੇ ਚੰਦਰਬਾਬੂ ਨਾਇਡੂ ਨੂੰ ਆਜ ਵੀ ਪਤਾ ਕਿ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਾਂ ਇਹਨਾਂ ਦੀ ਕੇਂਦਰ ਦੀ ਸਰਕਾਰ ਉਹ ਸਰਕਾਰ ਆ ਜਿਹੜਾ ਵੀ ਇਹਨਾਂ ਦੇ ਨਾਲ ਜੁੜਦਾ ਇਹ ਉਹਨਾਂ ਨੂੰ ਖਾ ਜਾਂਦੇ ਆ ਕਈ ਤਰ੍ਹਾਂ ਪੰਜਾਬ ਤੋਂ ਸ਼ੁਰੂ ਕਰ ਲੋ ਸ਼੍ਰੋਮਣੀ ਅਕਾਲੀ ਦਲ ਆ ਸ਼ਿਵ ਸੇਨਾ ਹੈ ਇਸੇ ਤਰ੍ਹਾਂ ਨਿਤਿਸ਼ ਕੁਮਾਰ ਆ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਕਿਸੇ ਟਾਈਮ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਵੀ ਇਹਨਾਂ ਦੇ ਨਾਲ ਜੁੜੀ ਸੀ ਇਸ ਤੋਂ ਇਲਾਵਾ ਨਵੀਨ ਪਟਨਾਇਕ ਦੀ ਓਡੀਸ਼ਾ ਦੇ ਵਿੱਚ ਉਸ ਪਾਰਟੀ ਦੇ ਨਾਲ ਕੀ ਹੋਇਆ ਉਹਦੇ ਨਾਲ ਵੀ ਤਾਂ ਇਹ ਜੁੜੀ ਸੀ ਭਾਰਤੀ ਜਨਤਾ ਪਾਰਟੀ ਉਸ ਦਾ ਹਾਲ ਇਹ ਹੋਇਆ ਕਿ ਉਹ ਆਪਣੀ ਸਰਕਾਰ ਤੱਕ ਨਹੀਂ ਬਣਾ ਸਕੀ ਐਮਪੀ ਤਾਂ ਉਹਨਾਂ ਦੇ ਕੀ ਹੋਣੇ ਆ ਲੋਕ ਸਭਾ ਦੇ ਵਿੱਚ ਇਹ ਹਾਲਾਤ ਬਣਦੇ ਨੇ ਤੇ ਇਹ ਗੱਲ ਚੰਦਰਬਾਬੂ ਨਾਇਡੂ ਨੂੰ ਵੀ ਪਤਾ ਤੇ ਇਹ ਗੱਲ ਨਿਤਿਸ਼ ਕੁਮਾਰ ਨੂੰ ਵੀ ਪਤਾ ਇਸੇ ਕਰਕੇ ਸਪੀਕਰ ਦੇ ਅਹੁਦੇ ਦੀ ਇਹ ਮੰਗ ਕਰ ਰਿਹਾ ਹੋਰ ਵੀ ਤੁਹਾਨੂੰ ਮੈਂ ਗੱਲਾਂ ਦੱਸ ਦਿੰਦਾ ਨਾ ਤਾਂ ਚੰਦਰਬਾਬੂ ਨਾਇਡੂ ਤੇ ਨਾ ਹੀ ਨਿਤਿਸ਼ ਕੁਮਾਰ ਦੀ ਸੋਚ ਆਪਸ ਦੇ ਵਿੱਚ ਮਿਲਦੀ ਆ ਹੁਣ ਜੇ ਆਪਾਂ ਗੱਲ ਕਰੀਏ ਮੁਸਲਮ ਕਮਿਊਨਿਟੀ ਦੀ ਜਾਂ ਘੱਟ ਜੁਲਤੀ ਭਾਈਚਾਰੇ ਦੀ ਭਾਰਤੀ ਜਨਤਾ ਪਾਰਟੀ ਦਾ ਰਵਈਆ ਇਸ ਭਾਈਚਾਰੇ ਬਾਰੇ ਕੀ ਆ ਜਾਂ ਮੁਸਲਿਮ ਕਮਿਊਨਿਟੀ ਬਾਰੇ ਕੀ ਆ ਉਹ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਦੇ ਭਾਸ਼ਣ ਕੀਤੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਮਿਊਨਿਟੀ ਨੂੰ ਲੈ ਕੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਤੁਹਾਨੂੰ ਪਤਾ ਵੀ ਚੰਦਰ ਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਜਿੱਥੇ ਇਹ ਸਰਕਾਰ ਬਣਾਉਣ ਜਾ ਰਹੇ ਆ ਔਰ 12 ਜੂਨ ਨੂੰ ਉੱਥੇ ਇਹ ਮੁੱਖ ਮੰਤਰੀ ਦੀ ਸੋਹ ਚੁੱਕਣ ਜਾ ਰਹੇ ਆ ਇਹਨਾਂ ਨੇ ਉੱਥੇ ਮੁਸਲਿਮ ਕਮਿਊਨਿਟੀ ਲਈ ਕੀ ਕੁਝ ਕਿਹਾ ਇਹ ਕਹਿੰਦੇ ਜਿਹੜੀ 4% ਉੱਥੇ ਰਿਜ਼ਰਵੇਸ਼ਨ ਮਿਲਦੀ ਆ ਜਗਨਮੋਨ ਅਰੇਡੀ ਦੀ ਸਰਕਾਰ ਇਹਨਾਂ ਤੋਂ ਪਹਿਲੀ ਸਰਕਾਰ ਜਿਹੜੀ ਉੱਥੇ ਸੀ ਉਹਨਾਂ ਨੇ ਖਤਮ ਕਰਤੀ ਆ ਅਸੀਂ ਉਸ ਨੂੰ ਦੁਬਾਰਾ ਸ਼ੁਰੂ ਕਰਾਂਗੇ ਇਸ ਤੋਂ ਇਲਾਵਾ ਹਰ ਇੱਕ ਉਸ ਪਰਿਵਾਰ ਨੂੰ 1 ਲੱਖ ਰੁਪਇਆ ਦੇਣਗੇ ਜਿਹੜਾ ਹੱਜ ਕਰਨ ਜਾਊਗਾ ਮੱਕੇ ਜਾਊਗਾ ਜਿਸ ਤਰ੍ਹਾਂ ਕਿ ਧਾਰਮਿਕ ਪਿਲਗ੍ਰিমেਜ ਜੀ ਨੂੰ ਆਪਾਂ ਕਹਿੰਦੇ ਆ ਉੱਥੇ ਜਾਊਗਾ ਉਹਨੂੰ ਇਹ 1 ਲੱਖ ਰੁਪਇਆ ਚੰਦਰਬਾਬੂ ਨਾਇਡੂ ਦੀ ਸਰਕਾਰ ਦੇਊਗੀ 5 ਲੱਖ ਰੁਪਇਆ ਇਸ ਮਿਨੋਰਿਟੀ ਕਮਿਊਨਿਟੀ ਨੂੰ ਜਾਂ ਮੁਸਲਿਮ ਭਾਈਚਾਰੇ ਨੂੰ ਇੰਟਰਸਟ ਫਰੀ ਲੋਨ ਦਿੱਤਾ ਜਾਏਗਾ ਉਹਨਾਂ ਨੂੰ ਬਿਨਾਂ ਵਿਆਜ ਤੋਂ ਕਰਜ਼ਾ ਦਿੱਤਾ ਜਾਏਗਾ ਇਹ ਵੀ ਫੈਸਿਲਿਟੀ ਉਹਨਾਂ ਲਈ ਰਹੇਗੀ ਕਿਸੇ ਵੀ ਮਸਜਿਦ ਦੀ ਜੇ ਮਰਮਮਤ ਕਰਾਉਣੀ ਹੋਊਗੀ ਉਥੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇ 5000 ਰੁਪਿਆ ਹਰ ਮਹੀਨੇ ਉਹਨਾਂ ਨੂੰ ਮੇਨਟੇਨੈਂਸ ਦਾ ਦਿੱਤਾ ਜਾਏਗਾ 100 ਕਰੋੜ ਰੁਪਿਆ ਉਥੋਂ ਦੀ ਜਿਹੜੀ ਚੰਦਰਬਾਬੂ ਨਾਇਡੂ ਦੀ ਸਰਕਾਰ ਬਣ ਜਾ ਰਹੀ ਹੈ ਉਹ ਉਹਨਾਂ ਨੇ ਪਾਸੇ ਰੱਖਿਆ ਇਸ ਮਿਨੋਰਿਟੀ ਕਮਿਊਨਿਟੀ ਲਈ ਮੁਸਲਮਾਨ ਭਾਈਚਾਰੇ ਲਈ ਉਹਨਾਂ ਦੇ ਵੈਲਫੇਅਰ ਦੇ ਲਈ ਇਸੇ ਤਰ੍ਹਾਂ ਜਿਹੜੇ ਮਦਰੱਸੇ ਨੇ ਉਹਨਾਂ ਦੀ ਵੀ ਮਦਦ ਕੀਤੀ ਜਾਊਗੀ ਇਹ ਸਾਰਾ ਕੁਝ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਆ ਇਹ ਸਾਰਾ ਕੁਝ ਇਹਨਾਂ ਨੇ ਐਲਾਨਿਆ ਤੇ ਫਿਰ ਇਹ ਆਪਸ ਦੇ ਵਿੱਚ ਬੈਲੈਂਸ ਕਿਸ ਤਰ੍ਹਾਂ ਬਣੂਗਾ ਭਾਰਤੀ ਜਨਤਾ ਪਾਰਟੀ ਦੀ ਸੋਚ ਮੁਸਲਿਮ ਕਮਿਊਨਿਟੀ ਲੀਗ ਕਿਸ ਤਰ੍ਹਾਂ ਦੀ ਆ ਇਹ ਤੁਸੀਂ ਸਾਰੇ ਜਾਣਦੇ ਹੋ ਮੈਂ ਵੀ ਜਾਣਦਾ ਤੇ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਦੋਨੇ ਸੈਕੂਲਰ ਲੀਡਰ ਨੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਆਪਸ ਦੇ ਵਿੱਚ ਖਿੱਚ ਤਾਨ ਨਹੀਂ ਹੋਊਗੀ ਆਪਸ ਦੇ ਵਿੱਚ ਤਣਾ ਨਹੀਂ ਪੈਦਾ ਹੋਊਗਾ ਵੈਸੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਦੇ ਚੰਦਰਬਾਬੂ ਨਾਇਡੂ ਦੇ بیٹے ਨੇ ਜਿਹਦਾ ਨਾਮ ਹੈ ਐਨ ਲੋਕੇਸ਼ ਨਾਇਡੂ ਲੋਕੇਸ਼ ਨਾਇਡੂ ਨੇ ਹੁਣ ਪੈਗੇਸਸ ਤੁਸੀਂ ਯਾਦ ਕਰ ਲੋ ਸਨ 2021 ਦੇ ਵਿੱਚ ਇਹ ਮਾਮਲਾ ਕਿੰਨਾ ਉਭਰਿਆ ਸੀ ਉਸ ਵਕਤ ਆਪੋਜੀਸ਼ਨ ਨੇ ਰਾਹੁਲ ਗਾਂਧੀ ਮੈਨੂੰ ਯਾਦ ਆ ਜਾਂ ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਜਾਂ ਹੋਰ ਵੀ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਆ ਇਹਨਾਂ ਨੇ ਬੜਾ ਰੌਲਾ ਪਾਇਆ ਸੀ ਕਿ ਪੈਗੇਸਸ ਦੀ ਜਾਂਚ ਹੋਣੀ ਚਾਹੀਦੀ ਹੈ ਪੱਤਰਕਾਰਾਂ ਤੋਂ ਲੈ ਕੇ ਕਈ ਵਿਰੋਧੀ ਪਾਰਟੀਆਂ ਦੇ ਜਿਹੜੇ ਨੇਤਾ ਨੇ ਜਾਂ ਲੀਡਰਸ ਨੇ ਉਹਨਾਂ ਦੇ ਮੋਬਾਈਲ ਫੋਨਸ ਉਹਨਾਂ ਦੀ ਜਸੂਸੀ ਕੀਤੀ ਜਾ ਰਹੀ ਸੀ ਉਹਨਾਂ ਦੇ ਵਿੱਚ ਇਹ ਜਿਹੜਾ ਸੌਫਟਵੇਅਰ ਸੀ ਇਜ਼ਰਾਈਲ ਤੋਂ ਖਰੀਦਿਆ ਗਿਆ ਸੀ ਔਰ ਇਸ ਗੱਲ ਦੀ ਇਤਲਾ ਉਹਸ ਟਾਈਮ ਨਿਊਯਾਰਕ ਟਾਈਮਸ ਉਹਨਾਂ ਨੇ ਦਿੱਤੀ ਸੀ ਕਿ ਕਿਸ ਤਰ੍ਹਾਂ 2 ਬਿਲੀਅਨ ਡਾਲਰਸ ਦੇ ਵਿੱਚ ਇਹ ਪੈਗੇਸਸ ਨਾਮ ਦਾ ਸੌਫਟਵੇਅਰ ਭਾਰਤ ਵੱਲੋਂ ਜਾਂ ਭਾਰਤ ਦੀ ਸਰਕਾਰ ਵੱਲੋਂ ਇਜ਼ਰਾਈਲ ਤੋਂ ਖਰੀਦਿਆ ਗਿਆ ਹਾਲਾਂਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਸੀ ਕਦੇ ਵੀ ਭਾਰਤ ਸਰਕਾਰ ਨੇ ਇਸ ਤੇ ਜਾਂ ਹਾਂ ਕੀਤੀ ਸੀ ਨਾ ਨਾ ਕੀਤੀ ਸੀ ਕਿ ਅਸੀਂ ਖਰੀਦਿਆ ਜਾਂ ਨਹੀਂ ਖਰੀਦਿਆ ਜਾਂਚ ਦਾ ਇੱਕ ਪੈਨਲ ਬਣਿਆ ਸੀ ਪਰ ਅੱਜ ਤੱਕ ਉਸ ਦੇ ਵਿੱਚ ਜਾਂਚ ਕੀ ਹੋਈ ਕਿਉਂਕਿ ਉਸ ਜਾਂਚ ਦੇ ਪੈਨਲ ਨੇ ਇਹ ਕਹਿਤਾ ਕਿਤੇ ਸਾਡੇ ਨਾਲ ਤਾਂ ਕੋਈ ਸਹਿਯੋਗ ਹੀ ਨਹੀਂ ਕਰ ਰਿਆ ਉਸ ਮਾਮਲੇ ਨੂੰ ਉੱਥੇ ਹੀ ਦਬਾ ਦਿੱਤਾ ਗਿਆ ਸੀ ਤੇ ਹੁਣ ਚੰਦਰ ਬਾਬੂ ਨਾਈਡੂ ਦਾ ਮੁੰਡਾ ਲੋਕੇਸ਼ ਨਾਇਡੂ ਇਸ ਮਾਮਲੇ ਦੀ ਜਾਂਚ ਮੰਗ ਰਿਹਾ ਕਿਉਂਕਿ ਉਹਨੇ ਇਹ ਗੱਲ ਕਹੀ ਆ ਕਿ ਮੇਰੇ ਪਿਤਾ ਯਾਨੀ ਕਿ ਚੰਦਰਬਾਬੂ ਨਾਇਡੂ ਤੇ ਮੇਰਾ ਵੀ ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਪੋਲਿਟੀਸ਼ੀਅਨਸ ਉਹਨਾਂ ਦੇ ਮੋਬਾਈਲ ਫੋਨਸ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਸਰਵੇਲੈਂਸ ਹੋ ਰਹੀ ਸੀ ਜਸੂਸੀ ਕੀਤੀ ਜਾ ਰਹੀ ਸੀ ਸੋ ਇਹ ਕਹਿ ਦੇਣਾ ਕਿ ਇਹ ਸਰਕਾਰ ਇੰਨੀ ਸੌਖੀ ਤਰ੍ਹਾਂ ਚੱਲ ਪੂਗੀ ਮੈਨੂੰ ਲੱਗਦਾ ਇਹ ਗੱਲ ਠੀਕ ਨਹੀਂ ਆ ਤੇ ਸਮਾਂ ਹੋ ਗਿਆ ਅੱਜ ਦੇ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਲਈ ਸਾਨੂੰ ਭੇਜੇ ਸੀ ਬਲਵਿੰਦਰ ਸਿੰਘ ਕੇ ਵੀ 9 ਬੀ ਜੇ ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਇਸ ਦੇਸ਼ 'ਚੋਂ ਇਨਸਾਫ ਦੀ ਅਡੀਕ ਕਰਦੇ ਕਈ ਜਹਾਨ ਨੂੰ ਤੁਰਗੇ ਇਹ ਬਿਲਕੁਲ ਠੀਕ ਆ ਜਸਟਿਸ ਨਾਲ ਜਦੋਂ ਇਨਸਾਫ ਦੇ ਨਾਲ ਦੇਰੀ ਹੋ ਜੇ ਜਿਹਨੂੰ ਅਸੀਂ ਜਸਟਿਸ ਡਿਲੇਡ ਕਹਿੰਦੇ ਆ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਜੇ ਜਸਟਿਸ ਡਿਲੇਟ ਤਾਂ ਤੇ ਜਸਟਿਸ ਡਿਨਾਈਡ ਆ ਯਾਨੀ ਕਿ ਉਹਨੂੰ ਇਹ ਮੰਨ ਕੇ ਚੱਲੋ ਕਿ ਉਸ ਵਿਅਕਤੀ ਨੂੰ ਇਨਸਾਫ ਮਿਲਿਆ ਹੀ ਨਹੀਂ ਆ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੁਨੀਆ ਤੋਂ ਤੁਰ ਜਾਂਦੇ ਨੇ ਉਡੀਕ ਕਰਦੇ ਨੇ ਇਸੇ ਕਰਕੇ ਭਾਰਤ ਦਾ ਜਿਹੜਾ ਲੋਕਤੰਤਰ ਆ ਡੈਮੋਕ੍ਰੇਸੀ ਆ ਜਾਂ ਭਾਰਤ ਦਾ ਇਥੋਂ ਦਾ ਜੁਡੀਸ਼ੀਅਲ ਸਿਸਟਮ ਆ ਜਾਂ ਸਾਡਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਆ ਉਹ ਠੀਕ ਨਹੀਂ ਆ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ ਗਲਤੀਆਂ ਨੇ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ ਅੱਗੇ ਆ ਜੋ ਪੰਜਾਬ ਵਿੱਚ ਇਹ ਨਾਨਕ ਪੰਥੀ ਨੇ ਇਹਨਾਂ ਦਾ ਕਮੈਂਟ ਆ ਇਹਨਾਂ ਨੇ ਲਿਖਿਆ ਕਹਿੰਦੇ ਪੰਜਾਬ ਵਿੱਚ ਮੰਦਿਰ ਗੁਰਦੁਆਰੇ ਬਹੁਤ ਨੇ ਪਰ ਲੋਕਾਂ ਦੀ ਜ਼ਮੀਰ ਜ਼ੀਰੋ ਆ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ ਸਾਰਿਆਂ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਜ਼ਿਆਦਾਤਰ ਜਿੱਥੇ ਵੀ ਕੋਈ ਧਾਰਮਿਕ ਸਥਾਨ ਹੋਣਗੇ ਜੇ ਉੱਥੇ ਪੂਜਾ ਪਾਠ ਹੁੰਦੀ ਹੈ ਤੇ ਸਾਡੀ ਤਵਕਕੋ ਇਹ ਹੁੰਦੀ ਹੈ ਉਮੀਦ ਹੁੰਦੀ ਆ ਕਿ ਇੱਥੇ ਲੋਕ ਕਿਉਂਕਿ ਧਾਰਮਿਕ ਨੇ ਆਪਣੇ ਈਸ਼ਟਾ ਨੂੰ ਆਪਣੇ ਗੁਰੂਆਂ ਨੂੰ ਆਪਣੇ ਪੀਰਾਂ ਪੈਗੰਬਰਾਂ ਨੂੰ ਪੂਜਦੇ ਆ ਤੇ ਇਹਨਾਂ ਦਾ ਜਿਹੜਾ ਮੋਰਲ ਕਰੈਕਟਰ ਆ ਉਹ ਬਹੁਤ ਹਾਈ ਹੋਏਗਾ ਇਮਾਨਦਾਰ ਹੋਣਗੇ ਇਹ ਲੋਕਾਂ ਦੇ ਨਾਲ ਵਧੀਆ ਵਿਹਾਰ ਕਰਨਗੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਇਹ ਨਹੀਂ ਕਹਿਣਗੇ ਕਿ ਕੋਈ ਅੱਤਵਾਦੀ ਐ ਕੋਈ ਖਾਲਸਤਾਨੀ ਐ ਪਰ ਇਸ ਤਰ੍ਹਾਂ ਹੁੰਦਾ ਨਹੀਂ ਇਹ ਗੱਲ ਮੈਂ ਕਾਫੀ ਹੱਦ ਤੱਕ ਇਹਨਾਂ ਦੇ ਨਾਲ ਸਹਿਮਤ ਆ ਮਿੱਟੀਪਟ ਮਝੈਲ 2960 ਇਹਨਾਂ ਦਾ ਅਕਾਊਂਟ ਆ ਤੇ ਇਹਨਾਂ ਨੇ ਕਿਹਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ They will file appeal in High Court and then in Supreme Court. After that they're still alive. they will file pardon petition and 99% government Congress or akali or even Aadmi party will pardon them. All long efforts of the victim families go in waste, Sani delaying his cases by filing fake petitions in High Court or Supreme Court. एंड कोर्ट्स टेक लॉन्ग टाइम टू डिसाइड इट ऑल गवर्नमेंट गेम देखो अंग्रेजी दे विच सी और इना दा मैसेज बिल्कुल ठीक है ਲੋਕਾਂ ਦੀਆਂ ਅੱਡੀਆਂ ਘਸ ਜਾਂਦੀਆਂ ਨੇ ਜੁੱਤੀਆਂ ਘਸ ਜਾਂਦੀਆਂ ਨੇ ਘਰ ਬਰਬਾਦ ਹੋ ਜਾਂਦੇ ਨੇ ਪੈਸਿਆਂ ਦੀ ਇੰਨੀ ਕਿ ਕਮੀ ਆਉਂਦੀ ਆ ਇੱਕ ਕੌਡੀ ਨਹੀਂ ਬਚਦੀ ਤੇ ਉਹ ਸਰਕਾਰਾਂ ਜਿਨ੍ਹਾਂ ਨੇ ਉਹਨਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਕੋਈ ਨਾ ਕੋਈ ਪਟੀਸ਼ਨ ਪਾ ਕੇ ਕੋਈ ਨਾ ਕੋਈ ਅਰਜ਼ੀ ਲਾ ਕੇ ਉਸ ਜਸਟਿਸ ਨੂੰ ਇਨਸਾਫ ਨੂੰ ਲਗਾਤਾਰ ਉਹਦੇ ਵਿੱਚ ਦੇਰ ਕਰਦਿਆਂ ਨੇ ਤਾਂ ਕਿ ਜਿਹੜੇ ਲੋਕ ਇਨਸਾਫ ਮੰਗਣ ਆਉਂਦੇ ਨੇ ਉਹ ਐਨੇ ਕ ਹਤਾਸ਼ ਹੋ ਜਾਣ ਨਿਰਾਸ਼ ਹੋ ਜਾਣ ਛੱਡ ਕੇ ਭੱਜ ਜਾਣ ਇਹ ਹਾਲਾਤ ਆ ਔਰ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਕੋਈ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਸਰਕਾਰ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਐਸੇ ਕਰਕੇ ਲੋਕਾਂ ਦਾ ਇਹਨਾਂ ਸਰਕਾਰਾਂ ਤੋਂ ਭਰੋਸਾ ਬਿਲਕੁਲ ਉੱਠਿਆ ਪਿਆ ਔਰ ਐਸੇ ਕਰਕੇ ਤੁਸੀਂ ਦੇਖੋ ਜਦੋਂ ਲੋਕ ਵੋਟ ਪਾਉਣ ਨਹੀਂ ਜਾਂਦੇ ਸਾਡੀ ਜਿਹੜੀ ਵੋਟ ਪਰਸੈਂਟੇਜ ਆ ਇਸ ਵਾਰੀ ਕਿਉਂ ਘਟੀ ਆ ਕਿਉਂਕਿ ਲੋਕੇ ਨਿਰਾਸ਼ ਹੋ ਚੁੱਕੇ ਨੇ ਹਰ ਕੋਈ ਵਿਅਕਤੀ ਆਉਂਦਾ ਜਦੋਂ ਪਹਿਲੀ ਪਹਿਲੀ ਵਾਰ ਆਪਣੇ ਆਪ ਨੂੰ ਬੜਾ ਕੱਟਣ ਈਮਾਨਦਾਰ ਦੱਸਦਾ ਲੇਕਿਨ ਬਾਅਦ ਦੇ ਵਿੱਚ ਉਹਦੀ ਅਸਲੀਅਤ ਉਜਾਗਰ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ